ਕਹਿੰਦੇ ਕਿ ਜ਼ਖਮ ਭਾਵੇਂ ਕਿੰਨੇ ਵੀ ਠੀਕ ਹੋ ਜਾਣ ਪਰ ਲੱਗੀਆਂ ਸਟਾਂ ਕਦੇ ਭੁੱਲਦੀਆਂ ਨਹੀਂ ਆ ਰੇਡੀਓ ਸਪਾਈਸ ਸੇ ਇੱਕ ਵਾਰ ਫਿਰ ਸਵਾਗਤ ਹੈ ਕਰਦੇ ਆ ਪ੍ਰੋਗਰਾਮ ਸਰਜਰੀ ਸਵੇਰ ਹੈ 9 ਵਜੇ ਦੇ ਟਾਈਮ ਚੇਕ ਤੋਂ ਬਾਅਦ ਸੋ ਆਈ ਡੀ ਲੇਟੈਸਟ ਅਪਡੇਟਾ ਫੇਸਬੁੱਕ ਪੇਜ ਰਾਹੀ ਵੀ ਜਿਨੇ ਸਾਡੇ ਲਿਸਨਰਸ ਸੁਣ ਰਹੇ ਆ ਦੇਖ ਰਹੇ ਆ ਉਹਨਾਂ ਨੂੰ ਵੀ ਅਸੀਂ ਸ਼ਾਮਲ ਕਰਦੇ ਆ ਤੇ ਲੇਟੈਸਟ ਅੱਜੀਆਂ ਅਪਡੇਟਸ ਨਿਊਜ਼ਲੈਂਡ ਜਾਂ ਹੋਣ ਚਾਹੇ ਭਾਰਤ ਪੰਜਾਬ ਦੀਆਂ ਲੈ ਕੇ ਪਰਮਿੰਦਰ ਸਿੰਘ ਹਾਜ਼ਰ ਹੋ ਗਏ ਸੋ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਪਰਮਿੰਦਰ ਪਾਜੀ ਕੀ ਹਾਲ ਚੱਲ ਹੈ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਧੰਨਵਾਦ ਸਮਾਂ ਦੇਣ ਦੇ ਲਈ ਆਪਣੇ ਜਿਹੜ ਦੇ ਭਣਾ ਭਰਾ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ ਜਿਤੋਂ ਕਦੇ ਵੀ ਜੁੜੇ ਹੋਏ ਆ ਉਹਨਾਂ ਸਾਰਿਆਂ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਆ ਤੇ ਕੁਝ ਅਪਕਮਿੰਗ ਇਵੈਂਟਸ ਜਿਹੜੇ ਉਹਨਾਂ ਵੱਲ ਧਿਆਨ ਦਿਓਣੇ ਤੁਹਾਡਾ ਇੱਕ ਤਾਂ ਜਿਹੜਾ ਮਲਟੀਮੀਡੀਆ ٹرسٹ ਨਿਊਜ਼ੀਲੈਂਡ ਦੇ ਪੰਜਾਬੀ ਮਲਟੀਮੀਡੀਆ ٹرسٹ ਵੱਲੋਂ ਬਲੱਡ ਤੇ ਪਲਾਜ਼ਮਾ ਡੋਨੇਸ਼ਨ ਕੈਂਪ ਲੱਗਣਾ ਜੀ ਇਹ ਲੱਗਣਾ ਦਿਨ ਮੰਗਲਵਾਰ ਤੇ 3 ਸਤੰਬਰ ਨੂੰ ਦੁਪਹਿਰੇ 12:00 ਵਜੇ ਤੋਂ ਲੈ ਕੇ ਭਾਂਡੇ ਵੇਰ ਤੱਕ ਹਾਂਜੀ ਸੋ ਤੁਸੀਂ ਉਹ ਦੋ ਬੋਤਲਾਂ ਉੱਥੇ ਦੇਣੀਆਂ ਮੈਂ ਤੈਨੂੰ ਦੇ ਦੂੰਗੀ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਾਓ ਤੇ ਨਾਲ ਨਾਲ ਮਾਰਸ਼ਲ ਵਾਲੀਆ ਹੁਣੀ ਬੜੇ ਸਰਗਰਮ ਹੈ ਜੀ ਜਦੋਂ ਵੀਡੀਓ ਹੋਰ ਨਾਲ ਨਾਲ ਹੀ ਠਾਠਾ ਨਾਲ ਹੀ ਠਾਠਾ ਕਰਾਤੀ ਉਹਨਾਂ ਨੇ ਜੀ 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 ਮੈਨੂੰ ਰਵੇ ਜਾਇਦ ਕੀ ਮੁੰਡਾ ਦੁਗਣੀਆਂ ਵੋਟਾਂ ਲੈ ਕੇ ਜਾਊਗਾ ਅੱਛਾ ਬਹੁਤ ਸਾਰੇ ਸਾਡੇ ਪੰਜਾਬੀ ਨਹੀਂ ਬਲਕਿ ਬਾਕੀ ਜਿਹੜੇ ਭਾਈਚਾਰੇ ਆ ਹਾਂ ਉਹ ਵੀ ਇਸ ਵਕਤ ਮਾਰਸ਼ਲ ਦੇ ਨਾਲ ਨੇ ਜੀ ਔਰ ਸਾਡਾ ਇੱਕ ਕਾਫੀ ਵੱਡਾ ਗਰੁੱਪ ਹੈ ਜਿਹੜਾ ਮਾਰਸ਼ਲ ਨੂੰ ਸ਼ੁਰੂ ਤੋਂ ਪਹਿਲੇ ਦਿਨ ਤੋਂ ਹੀ ਹਮਾਇਤ ਦਿੰਦਾ ਆ ਰਿਹਾ ਅੱਛਾ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਵਾਇਡਰ ਕਮਿਊਨਿਟੀ ਦੇ ਵਿੱਚ ਵੀ ਮਾਰਸ਼ਲ ਨੇ ਆਪਣਾ ਉਹਨੇ ਨਾਂ ਪਹਿਲਾ ਕੀਤਾ ਜੀ ਅਕਲ ਲਈ ਪੰਜਾਬੀਆਂ ਦੇ ਵਿੱਚ ਹੀ ਨਹੀਂ ਹੂੰ ਜਦੋਂ ਕਿ ਭਵਿੱਖ ਦੀ ਲੀ ਜੀ ਮੈਨੂੰ ਬੜੀਆਂ ਉਮੀਦਾਂ ਜਿਹੜੇ ਇਸ ਤਰ੍ਹਾਂ ਦੇ ਨੌਜਵਾਨ ਨੇ ਇੱਕ ਮੈਂ ਮਾਰਸ਼ਲ ਦਾ ਨਾਜ਼ਰੂ ਲੈਣਾ ਚਾਹੂੰਗਾ ਤੇ ਇੱਕ ਮੈਂ ਕ੍ਰਿਤਿਕਾ ਸਲੇਟ ਕਰਕੇ ਆਪਣੀ ਲੜਕੀ ਆ ਯੰਗ ਲੜਕੀ ਆ ਪਾਪਕੋਰਾ ਤੋਂ ਜੀ ਆ ਬਾਕੀ ਹੋਰ ਵੀ ਕਾਫੀ ਚਲੋ ਅਪਕਮਿੰਗ ਇਹ ਜਿਹੜੇ ਟੈਲੈਂਟ ਦੇ ਰਹੇਗੇ ਲੋਕ ਲੇਕਿਨ ਇਹ ਜਿਹੜੇ ਐਵਰੀ ਡੇ ਸਾਨੂੰ ਕੰਮ ਕਰਾ ਹੀ ਦਿੰਦੇ ਆ ਬਹੁਤ ਖੁਸ਼ੀ ਹੁੰਦੀ ਏ ਉਹਨਾਂ ਨੂੰ ਦੇਖ ਕੇ ਦੂਜੇ ਪਾਸੇ 12ਵਾਂ ਬਲੱਡ ਐਂਡ ਪਲਾਜ਼ਮਾ ਡੋਨੇਸ਼ਨ ਕੈਂਪ ਜਿਹੜਾ ਜੀ ਉਹ ਵਾਇਕਾਟੋ ਸ਼ਹੀਦੇ ਆਸਮ ਭਗਤ ਸਿੰਘ ਚੈਲਿਟੀਬਲ ਟਰਸਟ ਹੈ ਮਲਟਰਨ ਵੱਲੋਂ ਲਾਇਆ ਜਾ ਰਿਹਾ ਜੀ ਉਨਾ ਦੇ ਕੋਲ ਲਗਭਗ 40 ਨਾ ਆ ਚੁੱਕਿਆ ਜੀ ਅੱਛਾ 40 ਦੇ ਨਾਮ ਮਤਲਬ 40 ਦੇ ਕਰੀਬ ਪਹੁੰਚ ਚੁੱਕੇ ਹਾਂ ਹਾਂ ਜੀ ਰਜਿਸਟ੍ਰੇਸ਼ਨ ਹੋ ਚੁੱਕੀਆਂ ਉਹ ਲੱਗਣਾ ਜੀ 5 ਤਰੀਕ ਨੂੰ ਦਿਨ ਵੀਰਵਾਰ ਜੀ 7:30 ਵਜੇ ਤੋਂ ਲੈ ਕੇ ਸ਼ਾਮ ਦੇ 6:00 ਵਜੇ ਤੱਕ ਨੰਬਰ 19 ਲੰਡਨ ਸਟਰੀਟ ਹੈਮਿਲਟਨ ਸੈਂਟਰਲ ਦੇ ਵਿੱਚ ਜਰਨਲ ਰਾਹੋਂ ਹਣੀ ਉਹਦੇ ਲਈ ਜ਼ਿੰਮੇਵਾਰ ਆ ਜੀ ਸਮੋਸੇ ਤੇ ਬਦਾਮ ਕਹਿੰਦੇ ਵੀ ਲਿਆ ਕੇ ਰੱਖਦੇ ਨੇ ਉੱਥੇ ਅੱਛਾ ਜਿਹੜਾ ਜਿਹੜਾ ਬਲੱਡ ਡੋਨੇਟ ਕਰੂਗਾ ਉਹਨੂੰ ਦੇਣੇ ਉਹਨੂੰ ਖਵਾਉਣੇ ਅੱਛਾ ਉਦਾਂ ਨਹੀਂ ਦੇਣੇ ਇਹ ਨਹੀਂ ਵੀ ਤੁਹਾਡੇ ਵਰਗਾ ਫੋਟੋ ਖਾ ਕੇ ਹੁਣ ਜਣੀ ਨਿਕਲ ਜਵੇ 0 362 ਦੇ ਉੱਤੇ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਆ ਨਾ ਵੀ ਭਗਵਾਨ ਕੇ ਜਨਰਲ ਰਹ ਹਉਣੀ ਉੱਥੇ ਹਮ ਹਮ ਪਹਿਲਾਂ ਪਾਉਦੇ ਫਿਰਦੇ ਹੋਣਗੇ ਉਹਨਾਂ ਸਾਸਿਕਾ ਬਲਾਉ ਸਾਡੇ ਨੂੰ ਜੱਫੀ ਪਾ ਕੇ ਮਿਲਿਓ ਬਿਲਕੁਲ ਜੀ ਹਰ ਭਜਨਮਾਨ ਲਾਈਵ ਇਨ ਆਕਲੈਂਡ ਸ੍ਰੀਦਰ ਗਰਚਾਈ ਦੇ ਮਨ ਪਾਉਂਦੇ ਗਾਣਾ 7th ਆਫ ਸੈਪਟੈਂਬਰ ਨੂੰ ਤੁਸੀਂ 50 ਗਵਾਰੀ ਦਾ ਮੇਰੇ ਖਿਆਲ ਉਹਨਾਂ ਦਾ ਟੈਗ ਚਲਾਉਣੇ ਆ ਬਿਲਕੁਲ ਇਹਨਾਂ ਨੂੰ ਚਲਾ ਹੀ ਦੇ ਦੋ ਭਜਨਮਾਨ ਉਹ ਵੀ ਚੱਕਾ ਆਉਂਦੀ ਹੋਣੀ ਹੈ ਜਾਚ ਬੈਠੇ ਨੂੰ 7 ਸਤੰਬਰ ਨੂੰ ਡਿਊ ਡ੍ਰੌਪ ਇਵੈਂਟ ਸੈਂਟਰ ਮੈਰੀਕਾ ਉਹਦੇ ਵਿੱਚ ਸੋਲਡ ਆਊਟ ਹੋ ਚੁੱਕਾ ਹੈ ਸੋਲਡ ਆਊਟ ਹੈ ਜੀ ਬਿਲਕੁਲ ਤੇ ਕਮਲਦੀਪ ਹਣੀ ਤੇ ਕਰਮਹੰਦਰ ਹਣੀ ਪੂਰੀ ਤਿਆਰੀ ਚਾ ਤੇ ਇਹਦੇ ਲਈ ਵੀ ਤੁਸੀਂ ਜਿਹੜੀ ਬਿਲਕੁਲ ਡਿਊ ਡ੍ਰੌਪ ਇਵੈਂਟ ਸੈਂਟਰ ਪਹੁੰਚਣਾ ਸ਼ਾਮ 7:00 ਵਜੇ 7 ਤਰੀਕ ਨੂੰ ਪ੍ਰੋਗਰਾਮ ਸ਼ੁਰੂ ਹੋ ਜਾਣਾ ਮੈਨੂੰ ਇਹ ਚਾਰ ਪਾਸੇ ਸੱਦੇ ਆਏ ਹੋ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਹੜੇ ਕਿਹੜੇ ਪਾਸੇ ਜਾਵਾਂਗੇ ਮੈਂ ਕਿਹੜੇ ਪਾਸੇ ਜਾਵਾਂ ਬਿਲਕੁਲ ਬਿਲਕੁਲ ਇੱਕ ਤਾਂ 18ਵਾਂ ਜਨਮ ਦੇਣਾ ਹੂੰ ਹੂੰ ਅੱਛਾ ਪੰਜ ਚਾਰੇ ਜੋ ਕਿਸੇ ਦੇ ਬੱਚੇ ਦਾ ਜੀ ਤੇ ਇੱਕ ਉਹਦਣੀ ਜਾਗਰਣ ਵੀ ਆ ਅੱ ਤੇ ਘੋਰ ਸਾਡਾ ਜਿਹੜਾ ਮੁਸਲਮਾਨ ਭਾਈ ਚਰਾਉਣਾ ਵੱਲੋਂ ਸਦਾ ਪੱਤਰਾ ਆਇਆ ਹੈ ਓਕੇ ਤੇ ਇਹ ਦਿਨ ਹੋਰ ਭਜਨ ਮਾਨ ਹੋਣੀ ਚ ਪੰਜ ਪੰਜ ਮਿੰਟ ਸਾਰਿਆਂ ਦੇ ਹਾਜ਼ਰੀ ਲੱਗੂਗੀ ਬਸ ਇਦਾਂ ਹੀ ਹੋਣੀ ਆ ਫਿਰ ਮਾਫਲਰ ਦੇ ਦੇ ਕਿਹੜਾ ਲੈ ਕੇ ਜਾਣਾ ਉਦੋਂ ਬਸ ਪੰਜ ਰੱਖ ਲਈਓ ਗੱਡੀ 'ਚ ਇਕੱਠੀ ਬਦਲ ਬਦਲ ਕੇ ਬਦਲ ਬਦਲ ਚਾ ਗਾਲਾ ਬਦਲਣੀ ਹੋਣਾ ਇੰਨੀ ਗਾਲੀ ਨਹੀਂ ਪੱਕਾ ਬਦਲਣੀ ਆ ਮਾਫਰਨ ਦੀ ਪਤਾ ਨਹੀਂ ਮਾਫਲਰ ਬਦਲਾਂਗੇ ਹਾਂਜੀ ਬਿਲਕੁਲ ਜੀ ਬਿਲਕੁਲ ਉਹ ਵੀ ਦੱਸ ਕੇ ਚੱਲੇ ਵੈਸੇ ਇਦਾਂ ਨਹੀਂ ਵੀ ਅੱਛਾ ਤਾਂ ਕਿ ਕੋਈ ਸਰਪ੍ਰਾਈਜ਼ ਨਾ ਹੋਵੇ ਕਿ ਉੱਥੇ ਭਾਜੀ ਨੇ ਮਾਫਲਰ ਉਡ ਲਿਆ ਜੀ ਤੇ ਹੋਰ ਲੈ ਕੇ ਆ ਗਏ ਜੀ ਲਓ ਜੀ ਆਪਣੇ ਜਰਨੈਲ ਸਿੰਘ ਰਾਹੋ ਜੀ ਵੀ ਹੋ ਗਏ ਆ ਤੁਸੀਂ ਯਾਦ ਕੀਤਾ ਨਾਲ ਹੀ ਠਾਠਾ ਬਹੁਤ ਚੀਜ਼ਾਂ ਦੇ ਜੀ ਇਹ ਦੇਖੋ ਦੁਨੀਆਂ ਦੇ ਕਿਸੇ ਵੀ ਖੇਤਰ ਚ ਤੁਸੀਂ ਜਾਣੇ ਆ ਨਾ ਹਾਂਜੀ ਇਹ ਪਰਮਾਤਮਾ ਦੀ ਬਹੁਤ ਬਿਆਨਤ ਕਿਰਪਾ ਹੈ ਜਿਵੇਂ ਮਾਰਸ਼ਲ ਦੀ ਵੀ ਗੱਲ ਕਰਦਾ ਜਰਨੈਲ ਉਹਨਾਂ ਦੀ ਵੀ ਗੱਲ ਕਰਦਾ ਇਹ 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 ਨਹੀਂ ਹੈ ਕਿ ਸਾਡੇ ਕਹੇ ਤੇ ਇਹਨਾਂ ਨੇ ਵੱਡੇ ਹੋ ਜਾਣਾ ਜਾਂ ਸਾਡੇ ਕਹੇ ਤੇ ਮਹਾਨ ਹੋ ਜਾਣਾ ਬਿਲਕੁਲ ਪਰ ਇਹ ਆ ਵੀ ਸਾਡੀ ਇਕਨੋਲਜਮੈਂਟ ਸਾਡਾ ਪਿਆਰ ਸਾਡਾ ਸਤਿਕਾਰ ਸਾਡੀ ਹੌਸਲਾ ਫਜ਼ਾਈ ਇਹਨਾਂ ਦੇ ਨਾਲ ਤੇ ਕੰਮ ਜਿਹੜਾ ਉਹ ਦਿਨਦਾਰੀ ਦੇ ਨਾਲ ਜਿਹੜੀ ਵੀ ਖੇਤਰ ਚ ਜੁਟੇ ਹੋਏ ਆ ਜੀ ਉਹ ਡਟੇ ਰਹਿਣ ਤੇ ਪ੍ਰਮਾਤਮਾ ਉਹਨਾਂ ਨੂੰ ਬਹੁਤ ਬਲੰਦੀਆਂ ਬਖਸ਼ੇ ਬਿਲਕੁਲ ਭਾਵੇਂ ਉਹ ਕਾਮਰੇੜੀ ਆ ਤੋ ਜੀ ਫਤਾਲ ਦੇ ਨਹੀਂ ਫਿਰ ਤੁਸੀਂ ਜੀ ਹਨੀ ਸਿੰਘ ਲਾਈਵ ਯੋਯੋ ਹਨੀ ਸਿੰਘ ਯੋਯੋ ਹਨੀ ਸਿੰਘ ਠੀਕ ਹੈ ਖਰਚਾ ਪਹਿਲਾਂ ਸਾਥਾ ਲੈ ਲੈ ਆ ਆਹੋ ਖਰਚਾ ਪਹਿਲਾਂ ਉਹ ਤੁਹਾਡੇ ਵਾਸਤੇ ਉਹਨਾਂ ਨੇ ਬੇਨਤੀ ਕੀਤੀ ਸੀ ਬੀਚਰੋ ਬੋਲਦੀ ਹੈ ਨਾ ਬਹੁਤ ਬੋਲਦੀ ਹੈ ਖਰਚਾ ਪਹਿਲਾਂ ਸਾਥਾ ਲੈ ਲੈ ਠੀਕ ਹੈ ਆਕਲੈਂਡ ਦੇ ਵਿੱਚ ਹਨੀ ਸਿੰਘ ਆ ਰਿਹਾ ਜੀ ਬਿਲਕੁਲ ਤੇ ਦਿਨ ਸ਼ਨੀਵਾਰ 14 ਸਤੰਬਰ ਸ਼ਾਮ 7 ਵਜੇ ਟਰਸਟ ਅਰੀਨਾ ਹੈਂਡਰਸਨ ਦੇ ਵਿੱਚ ਇੱਕ ਸਮਾਂ ਦੇਖੋ ਸੀ ਮੈਂ ਹਨੀ ਸਿੰਘ ਦੀ ਤੂਤੀ ਬੋਲਦੀ ਸੀਗੀ ਹਾਂਜੀ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਕੋਈ ਘਰ ਦੀ ਕੰਟਰੋਵਰਸੀ ਦੇ ਵਿੱਚ ਇਹ ਆ ਗਏ ਇਹ ਤਾਂ ਤਾਂ ਬੋਲਦੀ ਸੀ ਕਿਉਂਕਿ ਉਹ ਹੁਸ਼ਿਆਰਪੁਰ ਦਾ ਜਨਮ ਹੋਦਾ। ਅੱਛਾ ਤਾਂ ਕਰਕੇ ਅੱਛਾ ਤਾਂ ਬੋਲਦਾ ਸੀਗਾ। 15 ਮਾਰਚ 1982 ਨੂੰ ਮੇਰੇ ਘਰ ਤੋਂ 150 ਮੀਟਰ ਦੀ ਦੂਰੀ ਤੇ ਮਾਰਲ ਟਾਊਨ ਹੁਸ਼ਿਆਰਪੁਰ ਦੇ ਵਿੱਚ ਉਹਦਾ ਜਨਮ ਹੋਇਆ। ਅੱਛਾ। ਉਸ ਤੋਂ ਬਾਅਦ ਬਹੁਤ ਲੰਮਾ ਸਮਾਂ ਦਿੱਲੀ ਰਿਹਾ ਬੰਬੇ ਮੁੰਬਈ ਵੀ ਰਿਹਾ ਹੈ। ਹਾਂਜੀ। ਕੋਈ ਸ਼ੱਕ ਨਹੀਂ ਮੁੰਡਾ ਬੜਾ ਇਨੋਵੇਟਿਵ ਆ। ਹਾਂਜੀ। ਲੇਕਿਨ ਵਿੱਚ ਵਿਚਾਲੇ ਥੋੜਾ ਜਿਹਾ ਬੰਦਾ ਟਰੈਕ ਤੋਂ ਤਿਲਕ ਜਾਂਦਾ ਟ੍ਰੈਕਟਰ ਹੋ ਜਾਂਦੀ ਆ। ਫਿਰ ਇੰਡਸਟਰੀ ਦੇ ਵਿੱਚ ਮਿਊਜ਼ਿਕ ਇੰਡਸਟਰੀ ਤੇ ਫਿਲਮ ਇੰਡਸਟਰੀ ਤਾਂ ਨਹੀਂ ਆ ਵੀ ਇੱਕ ਵਾਰੀ ਟਰੈਕ ਤੋਂ ਗਏ ਤੁਸੀਂ ਤਾਂ ਉੱਤੇ ਮੁੜ ਕੇ ਦੁਬਾਰਾ ਟਰੈਕ ਤੇ ਗੱਡੀ ਆਉਣੀ ਬਹੁਤ ਔਖੀ ਹੋ ਜਾਂਦੀ ਹੈ ਮੁਸ਼ਕਿਲ ਹੁੰਦੀ ਹੈ ਨਾ ਬਾਕੀ ਵਾਪਸੀ ਕਰ ਰਿਹਾ ਮੁੰਡਾ ਸਾਡੀਆਂ ਬੈਸਟ ਵਿਸ਼ੇਸ ਉਹਦੇ ਨਾਲ ਆ ਜੀ ਤੇ ਇਹਦੇ ਲਈ ਤੁਸੀਂ 14 ਸਤੰਬਰ ਸ਼ਾਮ ਨੂੰ 7 ਵਜੇ ਟਰਸਟ ਰੀਨਾ ਹੈਂਡਰਸਨ ਤੇਲ ਫੂਕੇ ਜਾਣਾ ਹੂੰ 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 ਤੇ ਇਹ ਨਹੀਂ ਪ੍ਰਭਾਵ ਕਰਨੀ ਵੀ ਗੱਡੀ 'ਚ ਵੀ ਡਾਲ ਲਾ ਤੇਲ ਪੈ ਗਿਆ ਅੱਛਾ ਠੀਕ ਹੈ ਪਰ ਜਾਣਾ ਜ਼ਰੂਰ ਆ ਕਿਉਂਕਿ ਇਹ ਵੀ ਚੰਗੀ ਡੰਗੜ ਡੰਗੜ ਕਰਾਉਂਦਾ ਹੂੰ ਹੂੰ ਉਧੇ ਪਾਸੇ ਜੇ ਅਸੀਂ ਦੇਖਦੇ ਆਂ ਤਾਂ ਫੂਕ ਦੀ ਦੁਨੀਆ ਦੇ ਵਿੱਚ ਲੋਕ ਨਾਚਾਂ ਦੇ ਅਸਲੀ ਲੋਕ ਮਹਾਂਦਰੇ ਨੂੰ ਜਿਹੜਾ ਦੂਸਰਾ ਲੋਕ ਨਾਚ ਮੇਲਾ ਰੂ ਪੰਜਾਬ ਦੀ ਵਾਲੇ ਕਰਾ ਰਿਹਾ ਹੈ ਜੀ ਦਿਨ ਸ਼ਨੀਵਾਰ 14 ਸਤੰਬਰ ਨੂੰ ਬੀ ਐਂਜੈਟ ਥੀਏਟਰ ਡਿਊ ਡਰਾਪ ਇਵੈਂਟ ਸੈਂਟਰ ਨਾਲ ਦੀ ਪਿੱਠ ਲੱਗਦੀ ਆ ਪਰਲੇ ਪਾਸੇ ਨਹੀਂ ਜਾਣਾ ਅੱਛਾ ਉਹ ਕਹਿੰਦਾ ਉਹ ਕਹਿੰਦਾ ਯਾਰ ਮਿੱਤਰਾਂ ਦਾ ਨਾਚ ਲੱਦਾਂ ਕਹਿੰਦਾ ਮੈਂ ਗਿਆ ਉਧਰ ਤੇਰਾ ਨਾਲ ਆ ਉਹ ਨਹੀਂ ਢਾ ਕੇ ਕੁੱਟਿਆ ਗਿੰਦਰ ਨਹੀਂ ਨਹੀਂ ਉਧਰ ਨਹੀਂ ਚੱਲਦਾ ਉਧਰ ਤਾਂ ਮੈਂ ਧਾਰ ਬੋ ਲਿਆ ਹੋਇਆ ਲੋਕਾਂ ਤੋਂ ਦੂਜੇ ਪਾਸੇ ਚੱਲਦਾ ਦੂਜੇ ਪਾਸੇ ਚੱਲਦਾ ਸੋ ਤੁਸੀਂ ਡਿਊ ਡਰਾਮਪਰੀ ਜਾਣਾ ਦੂਜੇ ਪਾਸੇ ਜਾਣਾ ਬੀਐਨਜ਼ੀ ਥੀਏਟਰ ਤੇ ਬੀਐਨਜ਼ੀ ਥੀਏਟਰ ਚ ਜੀ ਤੇ ਉੱਤੇ ਤੁਹਾਨੂੰ ਲੋਕ ਨਾਚਾਂ ਦੇ ਮੇਲੇ ਚ ਸ਼ਾਮ ਨੂੰ 5:00 ਵਜੇ ਉੱਥੇ ਢੋਲ ਦੇ ਡਗੇ ਤੇ ਮਿਲਾਂਗੇ ਬਿਲਕੁਲ ਗਰੇਂਦਰ ਸੰਧੂਣੀ ਪਟਾ ਨੂੰ ਤੇਲ ਲਾ ਕੇ ਫਿਰਦੇ ਉੱਥੇ 021071 0339 ਦੇ ਉੱਤੇ ਹਮ ਤੇ ਮੋਰ ਬਣ ਕੇ ਉੱਥੇ ਉਹਨਾਂ ਨੇ ਬਾਲੋ ਫਿਰਲਾ ਜਿਹੜਾ ਪੱਗ ਵਾਲਾ ਹਮ ਬਸ ਇਹ ਸਾਰੇ ਮੋਰ ਹੀ ਲੱਭਣੇ ਉਦਨ ਉੱਡੀ ਪੱਗ ਵਿਸ਼ਕੀਨਾ ਤੇਰੀ ਲੋਕਾਂ ਬਾਣੇ ਮੋਰ ਡਿਆ ਚਿਚੀ ਅੱਛਾ ਚਿਚੀ ਵੀ ਕਹਿਣਾ ਹਾਂਜੀ ਹਾਂਜੀ ਸਸੂਰੀ ਕਹਿਣਾ ਚਿਚੀ ਕਹਿਣਾ ਠੀਕ ਹੈ ਮੇਰਾ ਲੋਕਾਂ ਦੇ ਬੱਚਾ ਨੇ ਗਲਤ ਮਤਲਬ ਲੈ ਜਾਣਾ ਬਿਲਕੁਲ ਬਿਲਕੁਲ ਸ਼ਹੀਦ ਭਗਤ ਸਿੰਘ ਦਾ ਜਿਹੜਾ ਜਨਮ ਦਿਹਾੜਾ ਜੀ ਉਸ ਤੰਬਰ ਦੇ ਆਖਰ ਦੇ ਵਿੱਚ ਮਨਾਇਆ ਜਾਂਦਾ ਦੁਨੀਆ ਭਰ ਦੇ ਵਿੱਚ ਜੀ ਸੋ ਉਹਨਾਂ ਦਾ ਜਿਹੜੇ ਬਰਥਡੇ ਸੈਲੀਬ੍ਰੇਸ਼ਨ ਆ ਉਹ ਵੀ ਇਸ ਵਾਰ ਭਗਤ ਸਿੰਘ ਚੈਰਿਟੀ ਬਲ ਟਰਸਟ ਬਹੁਤ ਵੱਡੇ ਪੱਧਰ ਤੇ ਉੱਤੇ ਮਨਾ ਰਿਹਾ ਹੂੰ ਹੂੰ ਤੇ ਉਹ ਕਹਿੰਦੇ ਵੀ ਫ੍ਰੀ ਐਂਟਰੀ ਰੱਖਤੀ ਤੇ ਫ੍ਰੀ

ਮੈਂ ਤਾਂ ਤਿੰਨ ਦਿਨ ਪਹਿਲਾਂ ਭੁੱਖ ਕੱਟਿੰ ਸ਼ੁਰੂ ਕਰ ਦੇਣੀ ਆ। ਅੱਛਾ, ਤੁਸੀਂ ਤਿੰਨ ਦਿਨ ਖਾਣਾ ਨਹੀਂ ਫੇਰ। ਇਹ ਆਦ ਕੀ ਪਨੀਰ ਦੇਣਾ ਉਹਨਾਂ ਨੇ ਰੋਟੀ 'ਚ। ਅੱਛਾ, ਪਨੀਰ ਦੇਣਾ। ਤੇ ਮੈਨੂੰ ਪਨੀਰ ਬਹੁਤ ਪਸੰਦ ਆ। ਵੈਸੇ ਜਿਹੜੀ ਵੈਜੀਟੇਰੀਅਨ ਹੁੰਦੇ ਨਾ ਚਾਹ ਚੜਿਆ ਹੁੰਦਾ ਆ ਵੀ ਪੰਜ ਦਿਨ ਪਨੀਰ ਕਿਤੇ ਬਣਾਇਆ ਹੋਣਾ। ਹਨਾ, ਸੁਦਾਈ ਪਨੀਰ। ਸੁਦਾਈ ਪਨੀਰ। ਉਹ ਤੇਰੇ ਦੀ ਆ। ਅੱਛਾ। ਦਾਦੀ ਸਾਡੀ ਕਹਿੰਦੀ ਕਾਕਾ ਇਹ ਕਿਤੇ ਉਹ ਹੀ ਤਾਂ ਨਹੀਂ ਡੇਰੀ ਪ੍ਰੋਡਕਟ ਜਿਹੜੇ ਆ ਹੁਣੇ-ਹੁਣੇ ਜਿਨ੍ਹਾਂ ਨੂੰ ਫਾਈਨ ਵੀ ਲਾਇਆ। ਬੀਬੀ ਸਾਡੀ ਬਹੁਤ ਸਾਦੇ ਸੁਭਾਅ ਦੀ ਸੀ। ਅੱਛਾ। ਬੀਬੀ ਨੂੰ ਪਨੀਰ ਦੀ ਹੀ ਪੁਰਜੀ ਰ ਅੰਡੇ ਨਹੀਂ ਖਲਾਈ ਜਾਂਦਾ ਮੈਨੂੰ ਕਿਤੇ ਮੇਰਾ ਧਰਮ ਭ੍ਰਸਟ ਕਰ ਦੂਗਾ ਇਹ ਮੈਂ ਕਹਾ ਨਹੀਂ ਨਹੀਂ ਬੀਬੀ ਆਂਡੇ ਨਹੀਂ ਹੈਗੇ ਪਨੀਰ ਆ ਅੱਛਾ ਕਹਿੰਦੀ ਕਾਕਾ ਇਹ ਤਾਂ ਫਿਰ ਬਹੁਤ ਮਹਿੰਗੀ ਹੋਣੀ ਆ ਮੈਂ ਕਹਾ ਬੀਬੀ ਖਾਲਾ ਖਾਲਾ ਜੇ ਮੈਂ ਰੇਟ ਦੱਸਤਾ ਤੂੰ ਖਾਣੋਂ ਹਟ ਜਾਣਾ ਬਈ ਉਹ ਬਹੁਤ ਸਾਦੇ ਸੀ ਜੀ ਆਪਣੀ ਸਿੰਪਲ ਸਿੰਪਲ ਬਹੁਤ ਸਾਦੀ ਜ਼ਿੰਦਗੀ ਹੁੰਦੀ ਸੀ ਆਪਣੀ ਹਾਂਜੀ ਬਿਲਕੁਲ ਤੇ ਇਦਾਂ ਜੇ ਹੁਣ ਅੱਗੇ ਚਰਚਾ ਕਰਦੇ ਆ 28 ਸਤੰਬਰ ਨੂੰ ਹਾਂਜੀ ਅਸ਼ੀਦ ਆਜ਼ਮ ਬਖਸ਼ ਜੀ ਦਾ ਜਨਮ ਦਿਨ ਜਿਹੜਾ ਮਨਾਇਆ ਜਾਣਾ ਜੀ ਨੰਬਰ 59 ਕਲੈਰੈਂਸ ਸਟਰੀਟ ਹੈਮਿਲਟਨ ਦੇ ਵਿੱਚ ਇਹਦੇ ਲਈ ਵੀ ਤਿਆਰੀਆਂ ਪੂਰੀਆਂ ਕਰ ਲਈਆਂ ਜਰਨੈਲ ਸਿੰਘ ਹੁਣਾਂ ਨੇ ਤੇ ਨਾਲ ਨਾਲ ਜੇ ਅਸੀਂ ਦੇਖਦੇ ਹਾਂ ਸਾਗਰ ਵਾਲੀ ਕਵਾਲੀ ਜਿਹੜੇ ਜਿਹੜੇ ਕਵਾਲੀ ਦੇ ਸ਼ਕੀਨ ਆ ਇਵੈਂਟ ਫਾਈਂਡ ਆ ਸਟੇਡੀਅਮ ਆਰਗਸ ਪਲੇਸ ਐਂਟਰੈਂਸ ਵਾਇਰੂ ਵੈਲੀ ਨਾਰਥ ਸ਼ੋਰ ਦੇ ਵਿੱਚ ਹੈ ਇਹ ਉੱਥੇ ਹੋਣਾ ਜੀ ਦਿਨ ਐਤਵਾਰ 29 ਸਤੰਬਰ ਨੂੰ ਜੀ ਇਹਦੀ ਤਿਆਰੀ ਪੂਰੀ ਆ ਬੀਬੀ ਰਜਨੀ ਫਿਲਮ ਆ ਰਹੀ 30 ਅਗਸਤ ਨੂੰ ਰਪਿੰਦਰ ਗਾਂਧੀ 3 ਫਿਲਮ ਆ ਰਹੀ ਆ 30 ਅਗਸਤ ਨੂੰ ਹਾਂ ਜੀ ਅਰਦਾਸ 3 ਗਿੱਪੀ ਗਰੇਵਾਲ ਦੀ ਮੂਵੀ ਜਿਹੜੀ ਪ੍ਰੋਮੋਸ਼ਨ ਵਾਸਤੇ ਪਿਛਲੇ ਦਿਨੀ ਉਹ ਗੁਰੂ ਘਰਾਂ ਦੇ ਚੱਤਾਂ ਵਾਸਤੇ ਕੋਈ ਸੀ 13 ਸਤੰਬਰ ਨੂੰ ਇਹ ਮੂਵੀ ਜਿਹੜੀ ਆ ਇਹ ਆ ਰਹੀ ਆ ਤੇ ਮੈਨੂੰ ਕੋਈ ਸੱਜਣ ਫੋਨ ਕਰ ਰਿਹਾ ਮੈਂ ਉਹਨਾਂ ਤੋਂ ਪਹਿਲਾਂ ਮਾਫੀ ਮੰਗ ਲਾਂ ਭਾਜੀ ਜਾਂਦਾ ਮੈਂ ਹੁਣ ਰੇਡੀਓ ਤੇ ਗੱਲ ਕਰਨਾਂ ਜਾਂ ਫੇ ਮੈਂ ਤੁਹਾਡੇ ਨਾਲ ਗੱਲ ਕਰ ਲੈਣਾ ਬਸ ਇੱਕ ਇੱਕ ਮਿਆਂ ਦੇ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਹਾਂ ਜੀ ਠੀਕ ਆ ਨਾ ਤੇ ਆਪਾਂ ਜੇ ਖਬਰਾਂ ਦੀ ਸ਼ੁਰੂਆਤ ਕਰੀ ਹੈ ਅੱਜ ਕੱਲ ਦਾ ਜਿਹੜਾ ਆ ਜੋ ਹਾਦਸਾ ਹੋਇਆ ਹੈਗਾ ਰਾਮਾ ਰਾਮਾ ਦੇ ਕੋਲ ਇੰਨਾ ਕੁ ਡੇਂਜਰਸ ਇੰਨਾ ਖਤਰਨਾਕ ਕਿ ਜਦੋਂ ਏਦਾਂ ਮਤਲਬ ਤੁਸੀਂ ਆਰਾਮ ਦੇ ਨਾਲ ਜਾ ਰਹੇ ਹੋ ਆਪਣੀ ਲਾਈਨ 'ਚ ਹੁਣ ਕੋਈ ਥੋੜੇ ਲਾਈਨ ਦੇ ਵਿੱਚ ਆ ਜਾਵੇ ਮੈਂ ਥੋੜੀ ਹੋਰ ਡਿਟੇਲ ਦੇ ਦਿਆਂ ਜੀ ਉਹਦੀ ਬਿਲਕੁਲ ਸਾਡੇ ਸਾਮ ਹੋਣ ਸੀਜ਼ਨਲ ਵਰਕਰ ਮੁਲਕ ਦੇ ਵਿੱਚ ਆਉਂਦੇ ਆ अच्छा सीजनल वर्कर एक स्कीम ਆ ਜਿਹਦੇ ਵਿੱਚ ਅਲੱਗ-ਅਲੱਗ ਦੇਸ਼ ਦੇ ਹਿੱਸਿਆਂ ਦੇ ਵਿੱਚ ਹਾਂ ਹਾਂ ਲਾਗਲੇ ਜਿਹੜੇ ਆਈਲੈਂਡਸ ਨੇ ਛੋਟੇ-ਛੋਟੇ ਉੱਥੋਂ ਸੀਜ਼ਨਲ ਵਰਕਰ ਆਉਂਦੇ ਆ ਅੱਛਾ ਤੋਂ ਆਪਣੀਆਂ ਸ਼ਰਤਾਂ ਮੁਤਾਬਕ ਇਥੇ ਕੰਮ ਕਰਕੇ ਤਾਂ ਵਾਪਸ ਚਲੇ ਜਾਂਦੇ ਆ ਹਾਂਜੀ ਹਾਂ ਜਿਹੜੇ ਤਿੰਨੇ ਹੀ ਮਰਤਕ ਇਸ ਐਕਸੀਡੈਂਟ ਦੇ ਵਿੱਚ ਵਿਚਾਰੇ ਮੌਤ ਦੀ ਗੋਚ ਜਾਸ ਉਤੇ ਉਹਨਾਂ ਨੇ ਅੱਜ ਵਾਪਸ ਸਮ ਉਹਨੂੰ ਫ্লাই ਕਰਨਾ ਸੀ ਅੱਛਾ ਉਹ ਵਾਪਸ ਆਕਲੈਂਡ ਆ ਰਹੇ ਸੀ ਵਿਚਾਰੇ ਅੱਛਾ ਆਕਲੈਂਡ ਆ ਰਹੇ ਸੀ ਆਪਣਾ ਕੰਮ ਚ ਚੇਤਾਵਨੀ ਜੀ ਇਦਾਂ ਦੀ ਕੋ ਗੱਲ ਹੋਣੀ ਵੀ ਪਰਲੇ ਪਾਸੇ ਰੋਡ ਦੇ ਜਿਹੜਾ ਟਾਇਰ ਫਾੜ ਜਾਣਾ ਤੇ ਉਹ ਟਰੱਕ ਜਿਹੜਾ ਬੇਕਾਪ ਹੋ ਕੇ ਟ੍ਰੈਫਿਕ ਜਿਹੜਾ ਜੀ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਤੇ ਕੰਨ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ ਦੋਨੇ ਪਾਸੇ ਔਰ ਸਾਡੀ ਜਿਹੜੀ ਹਮਦਰਦੀ ਆ ਆਪਣੇ ਨਾਲ ਪੈਣਾ ਪ੍ਰਾਵਾਂ ਦੇ ਨਾਲ ਜਿਹੜੀ ਇਸ ਜਹਾਨ ਨੂੰ ਕੂਚ ਕਰ ਗਿਆ ਔਰ ਉਹ ਡਿਜ਼ਰਵ ਨਹੀਂ ਸੀ ਕਰਦੇ ਇਦਾਂ ਜਾਣ ਬਹੁਤ ਜ਼ਿਆਦਾ ਅਫਸੋਸ ਦੀ ਗੱਲ ਆ ਇਹ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਬਹੁਤ ਕੁਝ ਸਿਖਾ ਕੇ ਜਾਂਦੀਆਂ ਸਾਨੂੰ ਜੇ ਤੁਹਾਡੇ ਟਾਇਰ ਬਦਲਣ ਵਾਲੇ ਆ ਚਾਹੇ ਟਰੱਕ ਵਾਲਾ ਚਾਹੇ ਟੈਕਸੀ ਵਾਲਾ ਉਹ ਕਿਰਪਾ ਕਰਕੇ ਇਸ ਦਾ ਬਹੁਤ ਖਿਆਲ ਹਾਜੀ ਕੱਲ ਹੀ ਆਪਾਂ ਇਸ ਬਾਰੇ ਚਾਚਾ ਵੀ ਕਰਾ ਸੀ ਤੁਸੀਂ ਤਾਂ ਵੱਡੇ ਵੀਕਲ ਜਾਣੀ ਤੁਸੀਂ ਤਾਂ ਪਛਾਹ ਹੋ ਗਿਆ ਤੁਹਾਡਾ ਲੇਕਿਨ ਉਹ ਦੇਖੋ ਵਿਚਾਰੇ ਨਾ ਹੀ ਮੌਤ ਮਾਰੇਗਾ ਹਾਂ ਕਿਉਂਕਿ ਵੱਡਾ ਵੀਕਲ ਆਏ ਔਰ ਉਹ ਟਰੱਕ ਜਿਹੜਾ ਉੱਚਾ ਹੁੰਦਾ ਆ ਵੈਸੇ ਵੀ ਉਹਦੇ ਨਾਲ ਨੁਕਸਾਨ ਘੱਟ ਜਿਹੜੀਆਂ ਨੀਵੀਆਂ ਗੱਡੀਆਂ ਹੁੰਦੀਆਂ ਉਹਨਾਂ ਨੂੰ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਸੇਫਟੀ ਦੇ ਪੁਆਇੰਟ ਆਫ 뷰 ਤੋਂ ਕੱਨੀ ਤੁਸੀਂ ਦੇਖੋ ਕਿ ਕਿੱਦਾਂ ਮਤਲਬ ਇਕੱਠੀ ਮਤਲਬ ਇੱਕ ਤਾਂ ਬਿਲਕੁਲ ਹੀ ਇਕੱਠੀ ਹੋ ਜਾਂਦੀ ਹੈ ਸਪੀਡ ਬਹੁਤ ਸੀ ਜੀ ਸਪੀਡ ਉਹ ਹਾਂਜੀ ਏਡੀ ਸਪੀਡ ਦੇ ਉੱਤੇ ਤੁਸੀਂ ਦੇਖੋ ਵੀ ਜਦੋਂ ਦੂਜੀ ਤਾਂ ਤੁਸੀਂ ਈਜ਼ੀਲੀ ਤਸੱਵਰ ਕਰ ਸਕਦੇ ਹੋ ਕਿ ਕਿੰਨਾ ਕਿੰਨਾ ਜ਼ਿਆਦਾ ਇੰਪੈਕਟ ਪਾਊਗਾ। ਹੂੰ। ਔਰ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਪਿਛਲੇ ਹਫਤੇ ਆਸਟ੍ਰੇਲੀਆ ਤੋਂ ਇੱਕ ਜਿਹੜੇ ਅੰਕੜੇ ਆ ਉਹਨਾਂ ਨੂੰ ਜਦੋਂ ਨਿਊਜ਼ੀਲੈਂਡ ਦੇ ਨਾਲ ਕੰਪੇਅਰ ਕੀਤਾ ਗਿਆ ਬਿਲਕੁਲ ਜਿਹੜੇ ਰੈਸਟ੍ਰਿਕਟਿਡ ਲਾਇਸੈਂਸ ਵਾਲੇ ਛੋਟੀ ਉਮਰ ਦੇ ਸਾਡੇ ਡਰਾਈਵਰ ਨੇ ਜੇ ਮੈਂ ਤੁਲਨਾਤਮਕ ਅਧਿਆਨ ਕਰਦਾ ਨਿਊਜ਼ੀਲੈਂਡ ਦੇ ਮੁਕਾਬਲੇ ਤਾਂ ਆਸਟ੍ਰੇਲੀਆ ਦੇ ਲਗਭਗ ਸਾਰੇ ਹੀ ਸੂਬਿਆਂ ਨੇ ਉਸੇ ਮਾਮਲੇ ਦੇ ਵਿੱਚ ਬਹੁਤ ਸਖਤ ਕਾਨੂੰਨ ਬਣਾਏ ਹੋਇਆ। ਜੀ ਜੇ दारू ਦੀ ਗੱਲ ਚੱਲਦੀ ਆ ਕੱਲ ਸਾਡੇ ਪੁਲਿਸ ਆਫਿਸਰ ਇੱਥੇ ਆਏ ਸੀ। ਉਹਨਾਂ ਦੇ ਨਾਲ ਐਲਕੋਹਲ ਪ੍ਰिवेंशन ਦੇ ਉੱਤੇ ਚਰਚਾ ਹੋ ਰਹੀ ਸੀ। ਜੀ। ਹੁਣ ਮੈਂ ਉਹ ਐਸਪੈਕਟ 'ਚੋਂ ਲੱਗਾ ਹਾਂ ਜਿਹਦੇ ਬਾਰੇ ਸਾਡੇ ਘਰਾਂ ਦੇ ਵਿੱਚ ਬਹੁਤ ਘੱਟ ਖਿਆਲ ਕੀਤਾ ਜਾਂਦਾ। ਤੁਹਾਡਾ ਮੁੰਡਾ ਜਾਂ ਕੁੜੀ ਜਦੋਂ ਉਸ ਘਬਰੇਟ ਅਵਸਥਾ ਦੇ ਵਿੱਚ ਜਿਹਨੂੰ ਟੀਨੇਜ ਕਹਿੰਦੇ ਗੁਰੇ। ਹੂੰ ਹੂੰ ਹੂੰ। ਜਦੋਂ ਆਪਣੀ ਮਰਜ਼ੀ ਜੀ ਕਰਦੇ ਆ, ਬੇਪੇ-ਬਾਪੂ ਦੀ ਗੱਲ ਨਹੀਂ ਸੁਣਦੇ। ਵੀ ਨਹੀਂ ਨਹੀਂ ਮੈਂ ਤਾਂ ਬਸ ਇੱਥੇ ਚੱਲਿਆ ਮੜਾ ਜਾਂ ਆਪਣੇ ਦੋਸਤਾਂ ਦੇ ਨਾਲ ਮੜਾ ਜਾਂ ਚੈਲ ਕਰਨ ਚੱਲਿਆ। ਹੂੰ ਹੂੰ। ਤੁਹਾਨੂੰ ਪਤਾ ਵੀ ਇਸ ਨਿਊਜ਼ੀਲੈਂਡ ਦੇ ਵਿੱਚ ਜਿਹੜੀਆਂ ਹੁਣ ਘਟਨਾਵਾਂ ਰੀਸੈਂਟਲੀ ਹੋਈਆਂ ਪਿਛਲੇ ਥੋੜੇ ਸਾਲਾਂ ਦੇ ਵਿੱਚ ਹਾਂਜੀ ਉਹਨੂੰ ਜਦੋਂ ਆਸਟ੍ਰੇਲੀਆ ਵਾਲਿਆਂ ਨੇ ਇਹ ਕਹਿ ਕਿ ਨਕਾਰਾਤਮਕ ਉਹਦੇ ਚਾਂਕੜੇ ਦਿਖਾਏ ਆ ਕਿ ਆਸਟ੍ਰੇਲੀਆ ਵਾਲਿਆਂ ਨੇ ਜ਼ੀਰੋ ਟੋਲਰੈਂਸ ਰੱਖੀ ਹੋਈ ਆ ਹੂੰ ਕੋਈ ਵੀ ਬੱਚਾ ਜਾਂ ਟੀਨੇਜ ਟੀਨੇਜ ਚਾਹੇ ਲੜਕੀ ਚਾਹੇ ਲੜਕਾ ਬਿਲਕੁਲ ਤੁਹਾਨੂੰ ਪਤਾ ਇੱਥੇ ਤਾਂ ਆਜ਼ਾਦੀ ਆ ਇੱਥੇ ਅਜਿਹੀ ਗੱਲ ਹੀ ਕੋਈ ਨਹੀਂ ਹੂੰ ਹੂੰ ਤੇ ਲੇਕਿਨ ਇਸ ਗੱਲ ਦਾ ਖਿਆਲ ਰੱਖੋ ਜੇ ਬੱਚੇ ਜ਼ਿੰਮੇਵਾਰੀ ਨਹੀਂ ਸਮਝਦੇ ਵੱਡੇ ਆਪਣੀ ਜ਼ਿੰਮੇਵਾਰੀ ਜ਼ਰੂਰ ਸਮਝਣ। ਤੇ ਜੇ ਵੱਡੇ ਆਪਣੀ ਜ਼ਿੰਮੇਵਾਰੀ ਨਾ ਸਮਝਣ ਛੋਟਿਆਂ ਨੂੰ ਸਿਖਾਉਣ ਕੀ ਆਪਣੀ ਕਮਿਊਨਿਟੀ ਦੇ ਵਿੱਚ ਜਾਓ। ਮੈਂ ਟਿੱਪਣੀ ਨਹੀਂ ਕਰਨੀ ਚਾਹੁੰਦਾ ਕਿਉਂਕਿ ਹਾਲੇ ਪਤਾ ਨਹੀਂ ਇਸ ਮਾਮਲੇ ਦੇ ਵਿੱਚ ਅਣਗਹਿਲੀ ਕਿਹਨੇ ਕੀਤੀ ਆ। ਕੰਪਨੀ ਨੇ ਕੀਤੀ ਆ, ਡਰਾਈਵਰ ਨੇ ਕੀਤੀ ਆ ਜਾਂ ਟਾਇਰ ਸੱਚੀ ਘਸਿਆ ਹੋਇਆ ਸੀ। ਕੋਈ ਹਾਂਜੀ। ਜਾਂ ਟਾਇਰ ਕਿਸੇ ਕਿਸੇ ਵਕਤੀ ਤੌਰ ਤੇ ਉਹ ਚ ਜਾਂ ਪਤਾ ਨਹੀਂ ਅੱਖ ਲੱਗ ਗਈ। ਕੋਸ਼ਕੋਸ਼ਤਾ ਹੋਇਆ ਹਾਂਜੀ ਇਹ ਜੀ ਵੱਡੀ ਘਟਨਾ ਹੋਰੀਡੀ ਹਾਈ ਸਪੀਡ ਕ੍ਰੈਸ਼ ਦੇ ਵਿੱਚ ਉਹਦੇ ਉੱਤੇ ਜਿਹੜੀ ਇਨਵੈਸਟੀਗੇਸ਼ਨ ਆ ਉਹ ਜਦੋਂ ਕੰਪਲੀਟ ਹੋ ਗਈ ਆਬੀਅਸਲੀ ਉਹਦੇ ਨਾਲ ਬਹੁਤ ਸਾਰੀਆਂ ਜਿਹੜੇ ਨਵੇਂ ਕਾਨੂੰਨ ਆ ਵੰਣਗੇ ਪਰ ਜੋ ਵੀ ਹੈ ਅਸੀਂ ਇਹੀ ਕਹਾਂਗੇ ਕਿ ਜੇ ਵਾਫਰ ਲੈਣ ਵਾਲੀ ਕਿਸੇ ਚੀਜ਼ ਦਾ ਤੁਹਾਡੇ ਗੱਡੀ ਦੇ ਵਿੱਚ ਨੁਕਸ ਨਿਕਲਿਆ ਵਾਫ ਨਹੀਂ ਪਾਸ ਕੀਤੀ ਤਾਂ ਤੁਸੀਂ ਪੈਸੇ ਲੈ ਦੇ ਕੇ ਥੋੜਾ ਬਹੁਤਾ ਕਹਿ ਦਿੰਦੇ ਨਾ ਆਪਾਂ ਕਹਿ ਦਿੰਦੇ ਆ ਕਿ ਅੱਛਾ ਆਪਣੇ ਪੰਜਾਬੀਆਂ ਕੋਲ ਲੈ ਜਾਓ ਫਿਜੀਅਨਸ ਕੋਲ ਲੈ ਜਾਓ ਜਾਣ ਪਛਾਣ ਹੈਗੀ ਹੈ ਤੇ ਚੱਲ ਅਗਲੀ ਵਾਰੀ ਅਸੀਂ ਠੀਕ ਕਰਾ ਲਾਂਗੇ ਤੂੰ ਹੁਣ ਪਾਸ ਕਰ ਦੇ ਸੋ ਇਹ ਚੀਜ਼ਾਂ ਗਲਤ ਆ ਕਿਉਂਕਿ ਇਹ ਚੀਜ਼ਾਂ ਅਸੀਂ ਆਪਣੇ ਬੱਚਿਆਂ ਦੇ ਇੱਥੇ ਬੋਨ ਹੋਏ ਬੱਚਿਆਂ ਨੂੰ ਵੀ ਇਹ ਚੀਜ਼ਾਂ ਸਿਖਾ ਰਹੇ ਆ ਇਹ ਚੀਜ਼ਾਂ ਗਲਤ ਆ ਇਹ ਜਾਨਲੇਵਾ ਸਾਬਿਤ ਹੁੰਦੀਆਂ ਇਸ ਤਰੀਕੇ ਨਾਲ ਜਿੱਦਾਂ ਕਿ ਕੱਲ ਹਾਦਸਾ ਹੋਇਆ ਚਲੋ ਇਨਵੈਸਟੀ ਜਿਹੜ ਵਿੱਚ ਸਾਰਾ ਕੁਝ ਕਲੀਅਰ ਹੋਏਗਾ ਪਰ ਇਹਨਾਂ ਦਾ ਪਤਾ ਹੈ ਕਿ ਟਾਇਰ ਫਟਿਆ ਟਾਇਰ ਫਟਣ ਦੇ ਨਾਲ ਜਿਹੜੇ ਸਾਹਮਣੇ ਹੋ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀਗਾ ਸੋ ਉਹ ਤਾਂ ਬੇਜਾਨੇ ਬੇ ਇਥੋਂ ਚਲੇ ਗਏ ਬੇ ਪੁਲਿਸ ਦੀ ਮੀਡੀਆ ਟੀਮ ਤੋਂ ਮੈਨੂੰ ਕਾਲ ਆ ਰਹਾ ਜੀ ਚਲੋ ਕੋਈ ਮੈਂ ਬਾਅਦ ਚ ਲੈਣਾ ਬਿਲਕੁਲ ਜੀ ਜਿਹੜੇ ਉਹਨਾਂ ਦੇ ਹੈੱਡ ਨੇ ਜੈਰੋਲਡ ਮਿਰਖਲੂ ਕਾਲ ਕਰ ਰਿਹਾ ਸ਼ਾਇਦ ਕੋਈ ਇਤਾਂ ਦੀ ਕੋਈ ਗਲਤ ਬਾਤ ਹੋਣੀ ਹੈ ਆਪ ਇਨ ਦ ਮੀਨਟਾਈਮ ਜੇ ਅਸੀਂ ਗੱਲ ਕਰਦੇ ਆਂ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਡਿੰਪੀ ਢਿੱਲੋਂ ਜਿਹੜੇ ਆ ਉਹ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਲੱਗੇ ਆ ਅੱਛਾ ਕਿਉਂਕਿ ਉਹ ਕਹਿੰਦੇ ਵੀ ਮੇਰਾ ਜਿਹੜਾ ਇਤਰਾਜ਼ ਆ ਉਹ ਖਾਸ ਤੌਰ ਤੇ ਮਨਪ੍ਰੀਤ ਬਾਦਲ ਦੇ ਉੱਤੇ ਆ ਓਕੇ ਤੇ ਉਹ ਕਹਿੰਦੇ ਮੇਰੇ ਫਾਦਰ ਜਿਹੜੇ ਆ ਪੱਲਾ ਫੜਾ ਗਿਆ ਸੀ ਮੈਨੂੰ ਵੱਡੇ ਬਾਦਲ ਸਾਹਿਬ ਦਾ ਜੀ ਤੇ ਮੈਂ ਉਹਨਾਂ ਦੇ ਲਈ ਬਹੁਤ ਤੰਦੇਹੀ ਦੇ ਨਾਲ ਕੰਮ ਕੀਤਾ ਉਹ ਕਹਿੰਦੇ ਹੁਣ ਜਦੋਂ ਇਹ ਹਾਲਾਤ ਇੱਥੇ ਤੱਕ ਆ ਗਿਆ ਹੂੰ 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 ਕਿ ਜੋਧੋ ਗੱਦੜਵਾਦੀ ਜ਼ਿਮਨੀ ਚੋਣ ਦੇ ਲਈ ਉਮੀਦਵਾਰ ਦਾ ਐਲਾਨ ਹੋਣਾ ਹੈ ਜੀ ਤੋਂ ਉਥੋਂ ਇਸ ਗੱਲ ਦੀ ਕਸ਼ਮਕਸ਼ ਚੱਲ ਰਹੀ ਸੀ ਕਿ ਸੁਖਵੀਰ ਬਾਦਲ ਖੁਦ ਖੜੇ ਹੋਣਗੇ ਜਾਂ ਡਿੰਪੀ ਢਿੱਲੋਂ ਖੜੇ ਹੋਣਗੇ ਜੀ ਉਹ ਕਹਿੰਦੇ ਵੀ ਮੈਨੂੰ ਵਿੱਚ ਵਿਚਾਲੇ ਇਹ ਦੱਸਿਆ ਗਿਆ ਕਿਸੇ ਨਾ ਕਿਸੇ ਹੋਰ ਸੂਤਰ ਵੱਲੋਂ ਵੀ ਸ਼ਾਇਦ ਮਨਪ੍ਰੀਤ ਬਾਦਲ ਬੀਜੇਪੀ ਛੱਡ ਕੇ ਵਾਪਸ ਅਕਾਲੀ ਦਲ ਦੇ ਵਿੱਚ ਆਉਣਗੇ ਅਤੇ ਇਹਨਾਂ ਦੋਨਾਂ ਭਰਾਵਾਂ ਦਾ ਆਪਸ ਦੇ ਵਿੱਚ ਇਹ ਸਮਝੌਤਾ ਹੋ ਗਿਆ ਵੀ ਗਿੱਦੜਵਾਹੀ ਦੀ ਚੋਣ ਮਨਪ੍ਰੀਤ ਬਾਦਲ ਲੜਨਗੇ ਤਾਂ ਕਿ ਅਕਾਲੀ ਦਲ ਮੁੜ ਪੈਰਾਂ ਤੇ ਆ ਸਕੇ। ਉਹ ਕਹਿੰਦੇ ਮੈਨੂੰ ਲੱਗਿਆ ਵੀ ਮੈਂ ਇਹਨਾਂ ਦੋਨਾਂ ਭਰਾਵਾਂ ਨੂੰ ਲਾ ਕੇ ਕੱਢ ਦਣਾ ਆਪ ਮੈਂ ਵਿੱਚੋਂ ਨਿਕਲ ਜਾਣਾ ਤੇ ਆਪ ਉਹਨਾਂ ਨੇ ਹੁਣ ਆਮ ਆਦਮੀ ਪਾਰਟੀ ਜਿਹੜੀ ਆ ਉਹ ਜੁਆਇਨ ਕਰਨੀ ਆ 28 ਅਗਸਤ ਨੂੰ ਤੇ ਉਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਮੈਂਬਰ ਬਣਾਉਣਗੇ। ਇਸ ਗੱਲ ਦੇ ਸ਼ੰਕਾ ਨਿਰਧ ਹੋ ਗਿਆ ਕਿ ਸ਼ਾਇਦ ਆਮ ਆਦਮੀ ਪਾਰਟੀ ਦੇ ਹੋਗੇ ਦਰਵਾਇ ਤੇ ਉਮੀਦਵਾਰ ਵੀ ਹੋ ਸਕਦੇ ਆ ਪਰ ਇਹਦੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਪਹਿਲਾਂ ਤੋਂ ਜੁੜੇ ਹੋਏ ਵਰਕਰ ਆ ਜਿਹੜੇ ਉਮੀਦ ਲਾਈ ਬੈਠੇ ਸੀ ਕਿ ਸਾਨੂੰ ਉੱਥੋਂ ਮੌਕਾ ਮਿਲਣਾ ਉਹ ਕਾਫੀ ਮਯੂਸ ਨੇ ਜੀ ਆਪਾਂ ਦੇਖਦੇ ਆ ਲੁਧਿਆਣੇ ਦੇ ਵਿੱਚ ਵੀ ਉਹਨਾਂ ਨੇ ਇੱਕ ਨੀਂ ਪੱਥਰ ਤੋੜਿਆ ਸੀ ਗੁਰਪ੍ਰੀਤ ਗੋਗੀ ਹੋਣਾ ਨੇ ਉਹ ਕਹਿੰਦੇ ਵੀ ਜਦ ਹੁਣ ਮੁੱਖ ਮੰਤਰੀ ਸਾਹਿਬ ਪੈਸੇ ਹੀ ਨਹੀਂ ਦਿੰਦੇ ਅਸੀਂ ਨੀਂ ਪੱਥਰ ਕੀ ਕਰੀਏ ਬਿਲਕੁਲ ਕੋਈ ਲੋਕ ਸਾਨੂੰ ਹੁਣ ਪੁੱਛਦੇ ਆ ਲੋਕ ਸਾਡਾ ਝੱਗਾ ਖਿੱਚਦੇ ਵੀ ਭਾਈ ਤੁਸੀਂ ਨਹੀਂ ਪੱਥਰ ਰੱਖਿਆ ਤਾਂ ਮੁੜ ਕੇ ਪ੍ਰੋਜੈਕਟ ਸਿਰੇ ਨਹੀਂ ਚੜਾਇਆ ਚਾਹੇ ਕੋ ਪੋਲੇ ਆ ਚਾਹੇ ਸੜਕ ਆ ਚਾਹੇ ਕੋ ਹੋਰ ਲੋਕ ਭਲਾਈ ਦਾ ਕੰਮ ਆ ਪਿਛਲੇ ਦਿਨੀ ਨਾ ਚੁੱਪਚੀ ਬੀਤੇ ਭਗਵਾਨ ਤਮਾਰਾ ਉਹਨਾਂ ਨੇ ਆਪੋ ਆਪਣੇ ਜਿਹੜੇ ਮੰਤਰੀ ਆ ਜਿਹੜੇ ਥੋੜੀ ਥੋੜੀ ਨਰਾਜ਼ ਚੱਲ ਰਹੇ ਸੀ ਉਹਨਾਂ ਨੇ ਆਪਣੇ ਮੁੱਖ ਮੰਤਰੀਆਂ ਦੇ ਅਖਤਿਆਰੀ ਕੋਟੇ ਚੋਂ ਲੀਗਲ ਤੌਰ ਦੇ ਉੱਤੇ ਜਿਹੜੇ-ਜਿਹੜੇ ਕਰੋੜ ਰੁਪਈਆ ਦੇ ਕੇ ਆਪਣੀ ਜਾਨ ਛੜਾਈ ਸੀ ਕਿਉਂਕਿ ਉਹ ਲੋਕ ਵਿਚਾਰੇ ਜਾਂਦੇ ਆ ਫਰਜ਼ ਕਰੋ ਤੁਹਾਨੂੰ ਖੰਡ ਪਾੜ ਤੇ ਸੱਦ ਲਿਆ ਤੁਹਾਨੂੰ ਜਗਰਾਤੇ ਤੇ ਸੱਦ ਲਿਆ ਤੇ ਤੁਸੀਂ ਉੱਥੇ ਜਾ ਕੇ ਐਮ ਐਲ ਏ ਜਾਂ ਮੰਤਰੀ ਕਾਦੇ ਹੋਏ ਜੇ ਤੁਸੀਂ ਉੱਥੇ ਜਾ ਕੇ ਕੋ ਬਾਣਾ ਮੋਟੇ ਨੂੰ ਸਕਨੇ ਨਹੀਂ ਪਾ ਕੇ ਆਏ ਉਹ ਕਹਿੰਦੇ ਵੀ ਸਾਡੇ ਕੋਲ ਤਾਂ ਪੈਸੇ ਹੀ ਹੈ ਨਹੀਂ ਜੀ ਉਹ ਹੁਣ ਪਹਿਲਾਂ ਮੁੱਖ ਮੰਤਰੀ ਦੇ ਆਪਣੇ ਇਖਤਿਆਰੀ ਕੋਟੇ 'ਚ ਕਾਂਗਰਸ ਨੇ ਜਾਂਦੀ ਜਾਂਦੀ ਨੇ 5 ਕਰੋੜ ਦੀ ਲਿਮਟ ਲਾਤੀ ਸੀ ਅੱਛਾ ਇਹ ਸਾਰਾ ਕੁਝ ਜਿਹੜਾ ਬਹੁਤ ਅੰਦਰਲੀਆ ਖਬਰਾਂ ਹੈ ਜੀ ਜਦੋਂ ਭਗਵਾਨ ਨੇ ਦੇਖਿਆ ਵੀ ਮੈਂ ਤਾਂ ਵੱਡੀਆਂ-ਵੱਡੀਆਂ ਗੱਲਾਂ ਕਰਕੇ ਆਇਆ ਵੀ ਆਮ ਆਦਮੀ ਆਮ ਆਦਮੀ ਆਮ ਆਦਮੀ ਤੇ 5 ਕਰੋੜ ਨਾਲ ਤਾਂ ਸਮਰਨਾ ਹੀ ਕੁਝ ਨਹੀਂ ਸਟੇਟ ਦਾ ਉਹਨਾਂ ਨੇ ਉਹਨੂੰ ਵਧਾ ਕੇ 38 ਕਰੋੜ ਕਰ ਲਿਆ ਜੀ ਹੁਣ ਉਹ 38 ਕਰੋੜ ਦੇ ਵਿੱਚੋਂ ਡੇਢ-ਡੇਢ ਕਰੋੜ ਉਹਨਾਂ ਨਿਰਾਜ਼ ਐਮਐਲਏਜ਼ ਤੇ ਮੰਤਰੀਆਂ ਨੂੰ ਦਿੱਤਾ ਗਿਆ ਜਿਹੜੇ ਕਹਿੰਦੇ ਜੀ ਵੀ ਲੋਕੀ ਸਾਨੂੰ ਯਾਰ ਪਛਾਣਦੇ ਨਹੀਂ ਅਸੀਂ ਠਾਣੇ ਜਾਂਦੇ ਆ ਸਾਨੂੰ ਸਪਾਈ ਸਲੂਟ ਨਹੀਂ ਮਾਰਦਾ ਕਿਉਂਕਿ ਉਹਨਾਂ ਨੂੰ ਪਤਾ ਵੀ ਇਹਨਾਂ ਦੇ ਪੱਲੇ ਕੱਖ ਨਹੀਂ ਹੂੰ ਬਿਲਕੁਲ ਸੋ ਉਹ 2.5 ਸਾਲ ਹੋ ਗਿਆ ਜੀ 2.5 ਸਾਲ ਹੋ ਰਿਹਾ ਹੈ ਉਹ ਵਿਚਾਰਿਆਂ ਨੂੰ ਆਪਣੀ ਇਮੇਜ ਦਾ ਫਿਕਰ ਪਿਆ ਹੋਇਆ ਜਿਹਦੇ ਚੱਕਰ ਦੇ ਜਿਹੜੀ ਮਜੂਸੀ ਆਮ ਆਦਮੀ ਪਾਰਟੀ ਦੇ ਕਈ ਜਿਹੜੇ ਐਮਐਲਏਸ ਆ ਉਹਨਾਂ ਦੇ ਅੰਦਰ ਬਣੀ ਹੋਈ ਆ ਜੀ ਅੱਧੀ ਕਮਜੂਸੀ ਇਦਾਂ ਵੀ ਬਣ ਜਾਂਦੀ ਹੁਣ ਮੀਤ ਹੇਰ ਆ ਬੀਤ ਹੇਰ ਐਮਐਲਏ ਤੋਂ ਐਮਪੀ ਬਣ ਗਏ ਹਾਂਜੀ ਹੁਣ ਧੂਰੀ ਤੋਂ ਜਿਹੜੇ ਕਾਂਗਰਸ ਦੇ ਜਾਣੇ ਪਛਾਣੇ ਨੌਜਵਾਨ ਦਲਬੀਰ ਗੋਲਡੀ ਜਿਹੜੇ ਆ ਹੂੰ ਹੂੰ ਉਹ ਇਸ ਆਸਤੇ ਨਾਲ ਆਮ ਆਦਮੀ ਪਾਰਟੀ ਸ਼ਾਮਲ ਹੋਈ ਸੀ ਵੀ ਮੈਨੂੰ ਧੂਰੀ ਤੋਂ ਟਿਕਟ ਮਿਲ ਲਈ ਆ ਜੀ ਹੁਣ ਤੁਸੀਂ ਦੇਖੋ ਵੀ ਧੂਰੀ ਤੋਂ ਜੇ ਭਗਵਾਨਤ ਮਾਨ ਜੀ ਦੂਜੀ ਪਾਰਟੀ ਚ ਆਏ ਇਸ ਨੌਜਵਾਨ ਦਲਬੀਰ ਗੋਲਡੀ ਨੂੰ ਟਿਕਟ ਦਿੰਦੇ ਆ ਤਾਂ ਮੀਤ ਹੇਰ ਰਸਿਆ ਉਹ ਕਹਨ ਮੇਰੇ ਬੰਦੇ ਜਿਹੜੇ ਆ ਉਹ ਨਾਰਾਜ਼ ਹੋਣਗੇ ਵੀ ਭਾਈ ਤੁਸੀਂ ਦੂਜੀਆਂ ਪਾਰਟੀਆਂ ਚ ওই ਬੰਦਿਆਂ ਨੂੰ ਟਿਕਟਾਂ ਦੇਈ ਜਾਂਦੇ ਆ ਕਿੱਥੇ ਉਹੀ ਭਗਵੰਤਵਾਹ ਚੋਣ ਮੁਹਿੰਮ ਚ ਇਹ ਕਹਿੰਦੇ ਰਹੇ ਕਿ ਆਮ ਘਰਾਂ ਦੇ ਮੁੰਡੇ ਐਮਐਲਏ ਬਣਨਗੇ ਆਮ ਘਰਾਂ ਦੇ ਮੁੰਡੇ ਐਮਪੀ ਬਣਨਗੇ ਹੁਣ ਜੇ ਉਹੀ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਦੇ ਵਿੱਚੋਂ ਆਏ ਲੋਕਾਂ ਨੇ ਹੀ ਐਮਐਲਏ ਐਮਪੀ ਬਣਨਾ ਆ ਤਾਂ ਆਮ ਘਰਾਂ ਦੇ ਮੁੰਡੇ ਵਿਚਾਰੇ ਫਿਰ ਮੁੜ ਜਾਣ ਘਰਾਂ ਨੂੰ ਵਾਪਸ ਜਾਣ ਹੋਰ ਕੀ ਹੋ ਸਕਦਾ ਆ ਅੱਛਾ ਪਰਮਿੰਦਰ ਭਾਈ ਤੁਹਾਨੂੰ ਯਾਦ ਹੋਣਾ ਇੱਥੇ ਇੱਕ ਮੈਨੂੰ ਹੁਣ ਇਹ ਨਹੀਂ ਯਾਦ ਕਿ ਉਹ ਇੱਕ ਰੈਸਟੋਰੈਂਟ ਸੀਗਾ ਜਾਂ ਫਿਰ ਇੱਕ ਲੌਂਡਰੀ ਮਾਰਟ ਸੀ ਤੇ ਕਾਫੀ ਸਾਲ ਪਹਿਲਾਂ ਦੀ ਗੱਲ ਹੈ ਕਿ ਖਬਰ ਮੈਂ ਹੀ ਸ਼ੇਅਰ ਕੀਤੀ ਸੀ ਤੁਸੀਂ ਚਵਨ ਪ੍ਰਾਜ ਖਾਇਆ ਕਰੋ ਇੱਕ ਤਾਂ ਤੁਹਾਨੂੰ ਚੇਤਾ ਬਹੁਤ ਬੋਲਦਾ ਉਹ ਸਾਲਾਂ ਦੀ ਗੱਲ ਮੈਂ ਤਾਂ ਕੱਲ ਦੀ ਯਾਦ ਨਹੀਂ ਰਹਿੰਦੀ ਤੁਸੀਂ ਸਾਲਾਂ ਦੀ ਗੱਲ ਕਰ ਰਹੇ ਹੋ ਤੁਸੀਂ ਕਾਫੀ ਮਾਨ ਨਾਲ ਬਜ਼ੁਰਗ ਹੋ ਰਹੇ ਆ ਤੁਸੀਂ ਇਸ ਗੱਲ ਨੂੰ ਮੰਨੋ ਅੱਛਾ ਤਸਲੀਮ ਕਰੋ ਚਲੋ ਰਸੀ ਨਹੀਂ ਮੰਨਦੇ ਮੰਨ ਗਏ ਤੇ ਫਿਰ ਤਾਂ ਪ੍ਰੂਫ ਹੋ ਗਿਆ ਨਾ ਅਸੀਂ ਮੰਨਣਾ ਹੀ ਨਹੀਂ ਹੈ ਤਾਂ ਤੁਸੀਂ ਸਾਹਿਬ ਗੱਲ ਨੇ ਬਹੁਤ ਇੰਟਰਸਟਿੰਗ ਟਿੱਪਣੀ ਕੀਤੀ ਆ ਜਿਸ ਕਦੇ ਤੁਹਾਡੇ ਤੇ ਵੀ ਇਦਾਂ ਦੀ ਦਿਲਚਸਪ ਟਿੱਪਣੀ ਸਾਹਿਬ ਗੱਲ ਕਰਨਗੇ ਮੈਨੂੰ ਪੂਰਾ ਯਕੀਨ ਆ ਉਹ ਲਿਖਦੇ ਆ ਜਦੋਂ ਦਾਲ ਬਦਲੀ ਹੁੰਦੀ ਤਾਂ ਰਾਜ ਬਰਾੜ ਦਾ ਗਾਣਾ ਜਿੱਥੇ ਆ ਜਾਂਦਾ ਜੇਠ ਦੀਆਂ ਦਸਤਾਰਾਂ ਦੇ ਨਿਤ ਰੰਗ ਬਦਲਦੇ ਬਿਲਕੁਲ ਰੰਗ ਤਾਂ ਵੈਸੇ ਮੇਰੇ ਵੀ ਨਿਤ ਬਦਲਦੇ ਆ ਪਰ ਮੈਂ ਉੱਤਾ ਨਹੀਂ ਬਦਲਦਾ ਮੈਨੂੰ ਲੱਗਦਾ ਤੁਸੀਂ ਵੀ ਕਹਿਣਾ ਮੈਂ ਆਪ ਹੀ ਕਹਿ ਲੈਂਦਾ ਬਿਲਕੁਲ ਆਪਾਂ ਗੱਲ ਕਰ ਰਹੇ ਸੀ ਬਿਜਲੀ ਦੀ ਬਿਜਲੀ ਚੋਰੀ ਉਹ ਜਿਹੜਾ ਰੈਸਟੋਰੈਂਟ ਸੀ ਜੋ ਵੀ ਸੀਗਾ ਹੋ ਬੈਨੂ ਲਗਾ ਜੀ ਰਵੀ ਦਾ ਗਾਣਾ ਗਾਉਣ ਲੱਗੇ ਹੁੰਦੇ ਨਹੀਂ ਗਿਰਾਣੇ ਮੈਂ ਹੂੰ ਆਈ ਨਹੀਂ ਨਹੀਂ ਮੈਂ ਨਹੀਂ ਹੂੰ ਮੈਂ ਨਹੀਂ ਬਿਜਲੀ ਘਰਾਂਦੀ ਹੈਗੀ ਮੈਂ ਬਿਜਲੀ ਚੋਰੀ ਕਰਨ ਦੀ ਗੱਲ ਕਰ ਰਹੀ ਆ ਕਿ ਨਿਊਜ਼ੀਲੈਂਡ ਦੇ ਵਿੱਚ ਬਿਜਲੀ ਚੋਰੀ ਸਰਕਾਰ ਨੇ ਹੱਲੇ ਵੀ ਚੋਰੀ ਕੀਤੀ ਹੱਲੇ ਵੀ ਚੋਰੀ ਕਰੀ ਜਾਂਦੇ 3000 ਤੁਸੀਂ ਦੇਖੋ ਕਿ 3349 ਚੋਰ ਬਿਜਲੀ ਚੋਰ ਫੜੇ ਆ ਚੋਰੀ ਕਰਦੇ ਜੇ ਫ੍ਰੀ ਦੇ ਵਿੱਚ ਵੀ ਵੰਦੇ ਵੰਦੇ ਫਿਰ ਵੀ ਬਿਜਲੀ ਚੋਰੀ ਕਰਦਾ ਮਸਲਾ ਪਤਾ ਕੀ ਹੈ ਸਰ ਜੀ ਮਸਲਾ ਇਹ ਆ ਕਿ ਸਾਡੇ ਉਥੇ ਨਾ ਲਾਲਚ ਦੀ ਕੋਈ ਹੱਦ ਨਹੀਂ ਹੂੰ ਉਹ ਕਹਿੰਦੇ ਵੀ ਜੇ ਤੁਸੀਂ ਇੰਨੀਆਂ ਯੂਨਿਟਾਂ ਫ੍ਰੀ ਕਰਤੀਆਂ ਬੇ ਅਸੀਂ ਜਿਹੜਾ ਏਸੀ ਚਲਾਉਣਾ ਹਾਂ ਉਹ ਕਿੱਦਾਂ ਹੋਣਾ ਉਹ ਫੇਰ ਕੁੰਡੀ ਲਾਵਾਂਗੇ ਤਾਂ ਹੀ ਚੱਲੂ ਤਾਂ ਹੀ ਚੱਲੂਗਾ ਨਹੀਂ ਤਾਂ ਉਹਨੇ ਬਿਜਲੀ ਹੋਰ ਖਿੱਚਣੀਆਂ ਹਨ ਉਹ ਕਹਿੰਦੇ ਵੀ ਭਗਵਾਨ ਜੀ ਬਿੱਲ ਤਾਂ ਸਾਫ਼ ਕੀ ਮਾਫ਼ ਕੀਤੀ ਹੋਈ ਆ ਹਾਂ ਤੇ ਬਾਕੀ ਆਦਾ ਪਛਤਾ ਅਸੀਂ ਕੁੰਡੀ ਲਾ ਕੇ ਆ ਮਾਫ਼ ਕਰਾ ਲੈਣਾ ਬਸ ਬਾਕੀ ਹਾਂ ਉਹ ਬੰਦੇ ਡੇਕੇ ਆਏ ਜੁਰਮਾਨੇ ਵੀ ਤਗੜੇ ਹੋਏ ਆ ਅੱਜ ਫਾਈਨ ਵੀ ਹੋਇਆ ਅਜੇ ਪਰ ਜੰਸੰਗ ਈਟੀਓ ਕੱਲ ਆਪਣੀ ਦਾੜੀ 'ਚ ਖਾਜ ਕਰਦੇ ਕਰਦੇ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦੇਗਾ ਕਹਿੰਦੇ ਵੀ ਜੁਰਮਾਨੇ ਬਹੁਤ ਕੀਤੇ ਸੀ ਪਰ ਸਾਡੇ ਬੰਦੇ ਠੀਕਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਵੀ ਦੇਖਿਆ ਨਹੀਂ ਜਿੱਦੇ ਤਾਰਾਂ ਦਾ ਝੁਰਮਟ ਜਾ ਬਣਿਆ ਹੁੰਦਾ ਆਪਾਂ ਕਿਤਾਂ ਡਾਂਗਾ ਮਾਰ ਮਾਰ ਕੇ ਜੋੜ ਜਿਹੜੇ ਜੋੜਨੇ ਆ ਇਹਨਾਂ ਦੇ ਜੁੜੇ ਉਹ ਵੀ ਤੋੜ ਦੇਣੇ ਕੁੰਡੀਆਂ ਕੁੰਡੀਆਂ ਬਿਲਕੁਲ ਰੇਵਲ ਬਣਿਆ ਠੀਕ ਹੈ ਜੀ ਉੱਥੇ ਬਸ ਰਹਿਣ ਦੇ ਛੇੜਨਾ ਦਰਦਾਨੂ ਦਰਦਾਨੂ ਸਹੀ ਸਹੀ ਗੱਲ ਹੈ ਪਰ ਮੈਂ ਹੈਰਾਨ ਹੋਈ ਉਸ ਟਾਈਮ ਤੇ ਜਦੋਂ ਇੱਥੇ ਦੀ ਖਬਰ ਮੈਂ ਸਾਂਝੀ ਕੀਤੀ ਨਾ ਵੀ ਨਿਊਜ਼ੀਲੈਂਡ ਦੇ ਵਿੱਚ ਵਿਚੋਰ ਉਹ ਚੋਰੀ ਹੁਣ ਫੜੇ ਕਿੱਦਾਂ ਗਏ ਆ ਇਹ ਹੁਣ ਆ ਵੀ ਦਾ ਚੋਰੀ ਆ ਇਹ ਵੀ ਤੁਹਾਡੇ ਇਹ ਵੀ ਤੁਹਾਡਾ ਹੀ ਬੰਦਾ ਆ ਤੁਸੀਂ ਹੁਣ ਡਰਦੇ ਨਾ ਨਹੀਂ ਲੈਂਦੇ ਅੱਛਾ ਜਿਹੜਾ ਕਹਿੰਦਾ 100% ਨਿਊਜ਼ੀਲੈਂਡ ਦਾ ਫਲਾਨਾ ਪ੍ਰੋਡਕਟ ਆ ਜੀ 420000 ਦਾ ਜਿਹਨੂੰ ਜੁਰਮਾਨਾ ਹੋਣਾ ਆ ਆ ਦੇਖੋ ਤੁਸੀਂ ਉਹ ਤੁਹਾਡੇ ਦੇਸ਼ ਦਾ ਹੀ ਬੰਦਾ ਆ ਅੱਛਾ ਤੁਸੀਂ ਕਿਹੜੇ ਦੇਸ਼ ਚੋਂ ਆਏ ਹੋ ਪਤਾ ਹੁਣ ਪਾਸਪੋਰਟ ਲੈ ਲਿਆ ਪ੍ਰਵੀਨ ਕਲੀਅਰ ਨਹੀਂ ਗੁੱਸਾ ਕਰ ਜਾਂਦੇ ਜੇ ਇੰਡੀਅਨ ਕਮਾ ਮੈਂ ਆਪਣੇ ਆਪ ਲੈ ਲੈ ਤੇ ਫੇਰ ਮੈਂ ਕਿਹੜਾ ਪਾਸਪੋਰਟ ਮੈਂ ਕਿਹੜਾ ਪਾਕਿਸਤਾਨ ਦਾ ਲੈ ਕੇ ਬੈਠੀ ਆ ਮੈਂ ਵੀ ਤਾਂ ਇੱਥੇ ਦਾ ਪਾਸਪੋਰਟ ਤੁਸੀਂ ਕਿਹੜਾ ਦਿਖਾਇਆ ਕਹਿੰਦੀ ਲੈ ਮੈਂ ਪ੍ਰੂਫ ਥੋੜੀ ਨਾ ਦੇਣਾ ਹੁੰਦਾ ਡਬਲ ਸਿਟੀਜ਼ਨਸ਼ਿਪ ਹੈਗੀ ਤੁਹਾਡੇ ਕੋਲ ਓਸੀਆਈ ਹੈਗਾ ਓਸੀਆਈ ਨਹੀਂ ਉਹ ਤੁਹਾਡੀ ਸਫਰਸ਼ਨਾ ਬਣਾਵਾਂਗੇ ਕੋਈ ਨੇ ਬਲੈਂਕਟ ਨਾਲ ਨੂੰ ਕਹਿ ਕੇ ਪਹਿਲਾਂ ਤਾਂ ਉਹ ਕੈਨਸਲ ਕਰਾਉਣਾ ਪੇਪਰ ਤੁਹਾਡੇ ਤੁਸੀਂ ਜਿਹੜੇ ਇੰਡੀਆ ਦਾ ਨਾਮ ਬਦਨਾਮ ਕਰਦੇ ਨੇ ਲੋਕ ਕੀ ਤੇ ਆ ਕੇ ਅੱਛਾ ਤੁਸੀਂ ਉਹਨਾਂ ਚੈੱਕ ਆ ਅੱਛਾ ਚਲੋ ਠੀਕ 100% ਕਹੀ ਜਾਂਦਾ ਨਿਊਜ਼ੀਲੈਂਡ ਮੇਡ ਆ ਅੱਛਾ ਇਹ 2016 ਤੋਂ ਇਹਨੇ ਆਪਣੇ ਇਹ ਪਹਿਲਾ ਫਨਟੇਰਾ ਸੀ ਸੱਜਣ ਇਹ ਹਾਂ ਅੱਛਾ ਭਾਰਤੀ ਮੂਲ ਦਾ ਓਕੇ ਪਹਿਲਾ ਫਨਟੇਰਾ ਸੀ ਬਹੁਤ ਤਗੜੀ ਜੌਬ ਸੀ ਯਾਨਕੀ ਐਕਸਪੀਰੀਅੰਸ ਚੰਗਾ ਸੀ ਇਸ ਚੀਜ਼ ਦਾ ਨਹੀਂ ਨਹੀਂ ਔਰ ਬੜੀ ਅੱਛੀ ਜੌਬ ਕਰ ਰਿਹਾ ਸੀ ਉੱਥੇ ਉਹਨੂੰ ਸਾਰਾ ਪਤਾ ਸੀ ਕਿ ਕੰਟਰੀ ਦੇ ਵਿੱਚ ਜਿਹੜਾ ਲਾਅ ਆ ਹਾਂ ਹਾਂ ਜੰਕ ਜੰਕ ਕੰਜ਼ਿਊਮਰ ਕੋਰਟ ਦੇ ਵਿੱਚ ਕਿੱਥੇ ਜਾ ਕੇ ਰਗੜਾ ਚੜ੍ਹ ਸਕਦਾ ਕਿ ਕੀ ਲੋੜ ਆ ਦੱਸਣ ਦੀ ਯਾਰ ਅੰਨੇ ਵਾਰ ਤੁਸੀਂ ਪੈਸਾ ਕਮਾਉਂਦੇ ਹੋ ਹੁਣ ਕਮਾ ਲਓ ਕਿਹੜਾ ਲਾਜ ਕਿਹੜੀ ਅੱਗ ਲੱਗੀ ਤੁਹਾਨੂੰ ਹੁਣ ਕਮਾ ਲਓ ਨਹੀਂ ਨਹੀਂ ਤੁਸੀਂ ਦੇਖੋ ਵੀ ਇਹ ਕਹਿ ਕੇ ਤੇਰਾ ਮੁਲਕਾਂ ਦੇ ਵਿੱਚ ਆਪਣਾ ਦੇਸੀ ਕੋ ਰੂੜੀ ਗਿਆ ਉਹ ਤੇਰੇ ਲਈ ਮਿਲੀ ਕੋ ਬਣਾ ਜਿਹੜਾ ਹੈਗਾ ਮਿਲਕਾਂ ਹਾਂਜੀ ਹਾਂਜੀ ਉਹ ਬ੍ਰਾਂਡ ਆ ਇਹ ਬ੍ਰਾਂਡ ਆ ਹਾਂਜੀ ਤੁਸੀਂ ਵੀ ਮੁੰਡੀਆਂ ਵਾਲੇ ਪਰੋੜੇ ਮਿਲੀ ਕੋ ਜੀ ਬਣਾ ਰਹੇ ਮੈਨੂੰ ਲੱਗਦਾ ਜੇ ਸਾਹਣਾ ਤੁਸੀਂ ਉੱਚੀ ਬਾਤ ਚ ਕਿਹਾ ਮੈਂ ਨਹੀਂ ਲੈ ਕੇ ਆਂਦੀ ਮੈਂ ਤਾਂ ਹਜੇ ਆਸ਼ੀਰਵਾਦ ਆ ਇਹ ਵੀ ਨਹੀਂ ਪਤਾ ਵੀ ਇਹ ਕਿੰਦਾਂ ਦੇ ਆ ਤੁਸੀਂ ਇਦਾਂ ਕੰਪਨੀ ਦਾ ਨਾਮ ਹੂੰ ਨਹੀਂ ਨਹੀਂ ਮੈਂ ਪ੍ਰੋਡਕਟ ਤੁਸੀਂ ਵੀ ਤਾਂ ਨਾਮ ਲਿਆ ਮੈਂ ਤਾਂ ਆਸ਼ੀਰਵਾਦ ਮੈਂ ਉਹਨਾਂ ਦਾ ਵਧੀਆ ਲਿਆ ਕਿਉਂਕਿ ਉਹਨਾਂ ਦੀ ਲੰਮਾ ਸਮਾਂ ਇਨਵੈਸਟੀਗੇਸ਼ਨ ਚੱਲਦੀ ਸੀ ਆਸ਼ੀਰਵਾਦ ਵਾਲਿਆਂ ਦਾ 420000 ਦਾ ਅਗਲੇ ਨੇ ਫਾਈਨ ਪਾਤਾ ਤੁਸੀਂ ਆਸ਼ੀਰਵਾਦ ਲੋਧੇ ਘਰੀਸਲੇ ਵਿੱਚ ਮੈਂ ਤਾਂ ਉਹਦਾ ਸਾਡੇ ਰਿਸ਼ਤੇ ਵਾਲੇ ਜਿਹੜੇ ਵਧੀਆ ਆ ਰਿਸ਼ਤਦਾਰੀ ਹੋਸੀ ਇਸ ਤਰ੍ਹਾਂ ਦੀਆਂ ਪਿੰਨੀਆਂ ਲੈਣੀਆਂ ਕਿ ਹੋ ਲੈਣਾ ਹੋ ਸਕਦਾ ਪਿੰਨੀਆਂ ਦਾ ਡੱਬਾ ਦੇਈ ਜਾਣ ਸ਼ਾਮ ਨੂੰ ਪਤਾ ਨਹੀਂ ਹੁੰਦਾ ਇਹ ਵੀ ਹੋ ਸਕਦਾ ਇਹ ਵੀ ਹੋ ਸਕਦਾ ਜੇ ਅੱਛਾ ਜੇ ਦੇਖੇ ਗਏ ਤੇ ਆਪਾਂ ਅੱਧਾ ਅੱਧਾ 50-50 ਕਰਨਾ ਹੈ ਕੱਲਿਆਂ ਨੂੰ ਨਹੀਂ ਖਾਣ ਸੈਣਾ ਪਹਿਲਾਂ ਅਗਲੇ ਨੂੰ ਬਦਨਾਮ ਕਰ ਦਿਓ ਮੁੜ ਕੇ ਅਗਲੇ ਦੀ ਸੋ ਇਹ ਜਿਹੜਾ ਬ੍ਰਾਂਡ ਆ ਰਿਹਾ ਜੀ ਇਹ 13 ਮੁਲਕਾਂ ਦੇ ਵਿੱਚ ਜਾ ਰਿਹਾ ਸੀ ਹੁਣ ਲੋਕ ਤਾਂ ਇਹ ਹੀ ਮੰਨ ਕੇ ਚੱਲਦੇ ਆ ਕਿ ਠੀਕ ਆ 100% ਨਿਊਜ਼ੀਲੈਂਡ ਮੇਡ ਆ ਬਿਲਕੁਲ ਉਹ ਤਾਂ ਮੰਨਣੀਆਂ ਹਾਂ ਪਰ ਤੁਸੀਂ ਯਾਰ ਝੂਠ ਬੋਲਣ ਦੀ ਲੋੜ ਨਹੀਂ ਜਦੋਂ ਤੁਹਾਡਾ ਪ੍ਰੋਡਕਟ ਫਿਕਰੇ ਆ ਲੋਕਾਂ ਨੂੰ ਟੇਸਟੀ ਲੱਗ ਰਿਹਾ ਇਹ ਪੋਲ ਪੱਟੀ ਖੁੱਲੀ ਕਿ ਨਹੀਂ ਕਾਫੀ ਚਿਰਾਂ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਸੀ ਅੱਛਾ ਖਿਆਲ ਆ ਇਹ ਜਿਵੇਂ ਝੂਠ ਨਹੀਂ ਤਾਂ ਅਮੀ ਇੱਕ ਦੋ ਹਫ਼ਤਿਆਂ ਦੀ ਤਾਂ ਲੱਗਦੀ ਨਹੀਂ 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 ਇੱਕ ਸਾਲ ਤੋਂ ਉੱਪਰ ਤੁਸੀਂ ਦੇਖੋ ਨਾ ਫਾਈਨ ਕਿਡਾ ਤਗੜਾ ਹੋਇਆ ਹਾਂਜੀ ਸੋ ਮੈਨੂੰ ਲੱਗਦਾ ਵੀ ਸਾਲ ਤੋਂ ਉੱਪਰ ਹੋ ਗਿਆ ਜੀ ਇਹਨੂੰ ਯੂਨੀਵਰਸਿਟੀ ਕੈਸਟ੍ਰੇਸ਼ਨ ਨੂੰ ਓਕੇ ਹਾਂਜੀ ਹਾਂਜੀ ਠੀਕ ਹੈ ਪਰ ਇਹ ਸਾਡੇ ਬੰਦੇ ਕਿਹੜਾ ਪ੍ਰਭਾਵ ਕਰਦੇ ਆ ਹਾਂਜੀ ਕੋਈ ਉਹ ਠੀਠ ਹੈ ਜੀ ਠੀਠ ਆ ਓ ਰਾਈਟ ਠੀਠ ਆ ਕਹਿੰਦਾ ਬਿਸ਼ਰਮਾ ਦੀ ਦਾਲ ਡੋਲ ਗਈ ਕਹਿੰਦਾ ਅਸੀਂ ਇਦਾਂ ਹੀ ਖਾਣੇ ਹੁੰਦੇ ਹਾਂ ਥੱਲੇ ਪੁੰਜ ਥੱਲੇ ਹੀ ਕਹਿੰਦਾ ਚੱਪੂ ਚਲਾ ਕੇ ਖਾਈ ਦੀ ਸੋ ਇਹ ਸਾਡੇ ਬੰਦਿਆਂ ਨੂੰ ਥੋੜਾ ਜਿਆ ਮਤਲਬ ਇਸ ਚੀਜ਼ ਤੇ ਗੌਰ ਕਰਨ ਦੀ ਲੋੜ ਆ ਬਿਲਕੁਲ ਜਨਰੈਲ ਸਿੰਘ ਰਾਹੋਂ ਹੁਣੀ ਕਹਿੰਦੇ ਵੀ ਜਿਵਾਂਗੇ ਹਾਂਜੀ ਇਹਨਾਂ ਨੇ ਵੀ ਹਾਂ ਬਾਦਾਮ ਲੈ ਕੇ ਬੈਠੇ ਹੋਤੇ ਪਰ ਖਰਚਾ ਜੀ ਤਾਂ ਭੇਂਕੇ ਖਾਂਦੇ ਜਾਂ ਫਿਰ ਇੱਕ ਰਾਤ ਪਹਿਲਾਂ ਪਰਮੇਨ ਕਲੇਰ ਸਾਹਿਬ ਜਿਹੜੇ ਆ ਹੇਸਟਿੰਗਸ ਤੋਂ ਸਾਡਾ ਬਹੁਤ ਪਿਆਰਾ ਮਿੱਤਰ ਤੇ ਬੜੀ ਮਿਹਨਤ ਨਾਲ ਉੱਥੇ ਇਹਨਾਂ ਦਾ ਜਿਹੜਾ ਗੁਰੂ ਘਰ ਆ ਜੀ ਸਰਗੁਰੂ ਰਵਿਦਾਸ ਟੈਂਪਲ ਆ ਜਿਹੜਾ ਹੇਸਟਿੰਗਸ ਦਾ ਜੀ ਤੇ ਬਕਾਇਦਾ ਕਰਚਾ ਜੀ ਉੱਥੇ ਨਾ ਸਾਈਨ ਲੱਗਾ ਹੋਇਆ ਆ ਰੌਂਡਪਾਉਂਡ ਦੇ ਉੱਤੇ ਪ੍ਰੋਪਰ ਅੱਛਾ ਹਾਂ ਜਿਹੜੀ ਉਧਰੋਂ ਸਾਕ ਤੇ ਜਾਂਦੀ ਆ ਬਹੁਤ ਰੂਹ ਖੁਸ਼ੀ ਦੀ ਜੋਗਤ ਹੈ ਉਧਰੋਂ ਚਾਈਦਾ ਕਿਹੜੀ ਬਾਤ ਹੈ ਵੀ ਵੱਡੀ ਗੱਲ ਆ ਸਾਡੇ ਬੰਦਿਆ ਨੇ ਤੇ ਗੁਰੂ ਘਰ ਦੇ ਵਿੱਚ ਇਹਨਾਂ ਜੀ ਬਹੁਤ ਸੋਹਣਾ ਆਰਚਡ ਆ ਉਹਦੇ ਵਿੱਚ ਵੋਲੀਬਾਲ ਦੀ ਗਰਾਊਂਡ ਬਣਾਈ ਹੋਇਆ ਅੱਛਾ ਤੇ ਮੈਂ ਉਮੀਦ ਕਰਦਾ ਬਈ ਇਹਨਾਂ ਨੇ ਉਹਨੂੰ ਵਧੀਆ ਮੇਨਟੇਨ ਕੀਤਾ ਹੋਊਗਾ ਹੂੰ ਹੂੰ ਕਿਉਂਕਿ ਤੁਹਾਨੂੰ ਪਤਾ ਵੀ ਉੱਥੇ ਕਮਾਕਾਰਾਂ ਦੇ ਵਿੱਚ ਜਿਹੜਾ ਸਮਾਂ ਆ ਉਹ ਬਹੁਤ ਲਿਮਟਡ ਹੀ ਹੁੰਦਾ ਸਾਰਿਆਂ ਦੇ ਕੋਲ ਹੀ ਸੋ ਜਿਹੜੇ-ਜਿਹੜੇ ਵੀ ਵਲੰਟੀਅਰ ਸਮਾਂ ਕੱਢਦੇ ਆ ਕਿਸੇ ਵੀ ਖੇਤਰ ਦੇ ਵਿੱਚ ਹਾਂਜੀ ਉਹਨਾਂ ਨੂੰ ਅਸੀਂ ਸਲੂਟ ਕਰਦੇ ਆ ਜੀ ਵਧੀਆ ਗੱਲ ਆ ਇਹ ਤੇ ਸਹੀ ਗੱਲ ਆ ਦੂਜੀ ਗੱਲ ਆ ਪੰਜਾਬ ਦੇ ਵਿੱਚ ਜਿਹੜੀ ਰਾਜਨੀਤੀ ਆ ਜੀ ਹਾਂਜੀ ਇਸ ਮਾਮਲੇ ਨੂੰ ਲੈ ਕੇ ਕਾਫੀ ਗਰਮ ਹੋ ਗਈ ਆ ਜਿਹੜਾ ਸੁਖਚੈਨ ਸਿੰਘ ਸੀ ਮੈਂ ਕੱਲ ਇੱਕ ਮੁੱਦਾ ਤੁਹਾਡੇ ਨਾਲ ਸਾਂਝਾ ਕੀਤਾ ਸੀ ਐਨ ਆਰ ਆਈ ਦਾ ਹਾਂਜੀ ਉਹ ਜਿਹੜੇ ਪਹਿਲੇ ਵਿਆਹ ਤੋਂ ਦੇ ਸਹੁਰੇ ਸੀ ਜੀ ਉਹਨਾਂ ਨੇ ਮੰਨ अच्छा जी ਜਿੱਦਾਂ ਤੁਹਾਡੇ ਸੰਜੀ ਰਾਏ ਨੇ ਮੰਨ ਲਿਆ ਨਾ ਹੂੰ ਹੂੰ ਕਿ ਮੈਂ ਹੀ ਕੀਤਾ ਸਾਰਾ ਕੁਝ ਉਹ ਕਲਕੱਤੇ ਵਾਲਾ ਜਿਹੜਾ ਗਾਂਡਾ ਓਕੇ ਇਦਾਂ ਇਹਦੇ ਵੀ ਸਹੁਰਿਆਂ ਨੇ ਮੰਨ ਲਿਆ ਜਿਹੜੇ ਪਹਿਲੇ ਵਿਆਹ ਦੇ ਸਹੁਰੇ ਸੀ ਕਿਉਂਕਿ ਜਿਹੜੀ ਪਹਿਲੀ ਪਤਨੀ ਸੀ ਉਹਨੇ ਖੁਦਕਿਸ਼ੀ ਕਰ ਲਈ ਸੀ ਜੀ ਹਾਂਜੀ ਤਾਂ ਉਹਨਾਂ ਦੇ ਦਿਲ ਦੇ ਵਿੱਚ ਉਹ ਉਸ ਗੱਲ ਦੀ ਰੰਜਿਸ਼ ਸੀਗੀ ਬੜੀ ਕੁਦਰਤੀ ਗੱਲ ਆ ਪੰਜਾਬ ਦੇ ਸਮਾਜ ਦੇ ਵਿੱਚ ਤਾਂ ਤੁਹਾਨੂੰ ਪਤਾ ਹੈ ਬੜਾ ਆਮ ਵਰਤਾਰਾ ਆ ਜੀ ਜੀ ਤੇ ਉਹਨਾਂ ਨੂੰ ਅਸਲ ਦੇ ਵਿੱਚ ਇੱਕ ਕਿਡ ਸੀਗੀ ਵੀ ਇਹ ਤਾਂ ਆਪਣੀ ਜ਼ਿੰਦਗੀ ਵਧੀਆ ਜੀ ਰਿਹਾ ਵੀ ਸਾਡੀ ਕੁੜੀ ਦੁਨੀਆ ਤੋਂ ਚਲੀ ਗਈ ਹੂੰ ਹੂੰ ਜਿਹੜੇ ਵੀ ਸਰਕਮਸਟੈਂਸਸ ਚ ਗਈ ਉਹ ਆਪਾਂ ਜਾਣ ਦੇ ਨਹੀਂ ਹੈਗੇ ਜੀ ਉਹਨਾਂ ਨੇ ਫੇਸਪਾਰੀ ਦਿੱਤੀ ਜੀ ਇਹ ਜਲੰਧਰ ਤੋਂ ਕਪੂਰਥਲ ਦੇ ਜਿਹੜੇ ਹਮਲਾਵਰ ਸੀ ਇਹ ਹੱਲੇ ਵੀ ਗ੍ਰਿਫਤ ਤੋਂ ਬਾਹਰ ਹਾਂਜੀ ਪਰ ਜਿਹੜਾ ਇਹ ਟੱਬਰ ਸੀ ਪਲੱਸ ਉਹ ਜਿਹੜੇ ਹੋਟਲ ਦੇ ਵਿੱਚ ਬਿਨਾ ਆਈਡੀ ਤੋਂ ਆ ਕੇ ਰਹਿ ਗਏ ਹਾਂਜੀ ਅੰਮ੍ਰਿਤਸਰ ਜੀ ਤੇ ਬੁਰਜੀ ਪਿੰਡ ਦੀ ਘਟਨਾ ਇਹ ਹੂੰ ਹੂੰ ਉਹ ਹੋਟਲ ਵਾਲੇ ਨੂੰ ਨਹੀਂ ਚੰਗਾ ਟਾਇਆ ਜੀ ਜੀ ਤੇ ਉਹ ਫੇ ਵਗ ਪਿਆ ਵੀ ਹਾਂਜੀ ਵੀ ਮੈਂ ਆਈਡੀ ਨਹੀਂ ਲਈ ਸੀ ਉਹਨਾਂ ਤੋਂ ਜੀ ਫੇ ਮੈਂ ਸਿੰਪਲੀ ਪੈਸੇ ਲੈ ਕੇ ਤਾਂ ਉਹਨਾਂ ਨੂੰ ਹੋਟਲ ਦੇ ਵਿੱਚ ਅਕਮੋਡੇਟ ਕਰ ਲਿਆ ਸੀ ਹੂੰ ਹੂੰ ਤੁਹਾਨੂੰ ਪਤਾ ਉੱਥੇ ਰੂਲ ਉਸੂਲ ਜਿਹੜੇ ਆ ਚਾਹੀਏ ਤੁਸੀਂ ਚੇਤਾ ਹੋਣਾ ਜਦੋਂ ਕੁਸੀ ਦਾ ਕਰ 60ਵੇਂ ਦੇ ਆ ਜਦੋਂ ਨਵੀਂ ਨਵੀਂ ਐਸਟਡੀ ਚੱਲੀ ਆ ਤੇ ਤੁਹਾਨੂੰ ਪਤਾ ਉਹ ਪੂਰੀ ਡਿਟੇਲ ਨੋਟ ਕਰ ਦਿੰਦੇ ਸੀ ਤੁਹਾਡੀ ਉਹ ਅੱਛਾ ਇਦਾਂ ਹੀ ਹੁਣ ਤੁਸੀਂ ਦੇਖੋ ਕਿਸੇ ਹੋਟਲ ਚ ਜਾਂਦੇ ਆ ਤੁਹਾਡੀ ਆਈਡੀ ਲੈਂਦੇ ਉਹ ਕਿਉਂਕਿ ਯੂ ਨੇਵਰ ਨੋ ਕੱਲ ਨੂੰ ਕਿਸੇ ਨਾ ਕਿਸੇ ਅਪਰਾਧ ਬਿਰਤੀ ਵਾਲੀ ਕੋਈ ਘਟਨਾ ਇਦਾਂ ਦੀ ਵਾਪਰ ਗਈ ਜੇ ਪੁਲਿਸ ਨੇ ਫਾਲੋਅ ਅਪ ਕਰਨਾ ਹੋਵੇ ਤਾਂ ਉਹ ਆਈਡੀ ਜਿਹੜੀ ਆ ਜਿਹੜਾ ਵੀ ਬੰਦਾ ਉੱਥੇ ਰੁਕਿਆ ਹੋਟਲ ਦੇ ਵਿੱਚ ਉਹ ਹੋਟਲ ਵਾਲਿਆਂ ਦੇ ਕੋਲ ਫੋਟੋਕਾਪੀ ਪਈ ਹੁੰਦੀ ਆ ਪਈ ਹੁੰਦੀ ਆ ਸਾਰਾ ਕੁਝ ਦੇਖਣ ਇਜ਼ੀ ਫਾਲੋਅ ਅਪ ਫੋਨ ਨੰਬਰ ਪਿਆ ਹੁੰਦਾ ਤੁਹਾਡਾ ਹਾਂਜੀ ਸੋ ਉਹ ਨਹੀਂ ਸੀ ਜੀ ਹੂੰ ਹੂੰ ਸੋ ਤੇ ਮੈਨੂੰ ਲੱਗਦਾ ਆ ਕਿ ਆ ਥੋੜੇ ਸਮੇਂ ਦੇ ਵਿੱਚ ਟੋਟਲ 5 ਗ੍ਰਫਤਾਰੀਆਂ ਹੋ ਚੁੱਕੀਆਂ ਉਹਦੇ ਵਿੱਚ ਤੇ ਜਿਹੜੇ ਸੁਖਤੈਨ ਸਿੰਘ ਉਹਨਾਂ ਦੇ ਇੱਕ ਗੋਲੀ ਜਿਹੜੀ ਮੋਢੇ 'ਚ ਵੱਜੀ ਇੱਕ ਗੋਲੀ ਸ਼ਾਇਦ ਉਹਨਾਂ ਦੀ ਲੱਤ 'ਚ ਵੱਜੀ ਆ ਤੇ ਤੀਜੀ ਗੋਲੀ ਚਲਾਉਂਦਿਆਂ ਚਲਾਉਂਦਿਆਂ ਕਾਰਤੂਸ ਫਸ ਗਿਆ ਜੀ ਉਹ 'ਚ ਤੁਸੀਂ ਵੀਡੀਓ 'ਚ ਦੇਖਿਓ ਉਹ ਨਾ ਕੋਸ਼ਿਸ਼ ਕਰ ਰਿਹਾ ਹਾਂ ਹਾਂ ਵੀ ਉਹ ਪਿੱਛੇ ਲਿਆ ਕਿਉਂ ਨਹੀਂ ਪੈਸਾ ਚੱਲਿਆ ਕਿਉਂ ਨਹੀਂ ਦੁਬਾਰਾ ਤੂੰ ਬੱਚਾ ਵਿਚਾਰਾ ਮੈਂ ਤਾਂ ਕਰ ਰਿਹਾ ਵੀ ਨਹੀਂ ਅੰਕਲ ਜੀ ਤੁਸੀਂ ਮੇਰੇ ਇਹਨਾਂ ਨੂੰ ਛੱਡ ਦਿਓ ਤੁਸੀਂ ਜਾਓ ਹਨਾ ਹੂੰ ਹੂੰ ਸੋ ਇਹ ਇੱਕ ਬੜੀ ਸਿੱਧੀ ਸਿੱਧੀ ਐਗਜ਼ਾਮਪਲ ਆ ਵੀ ਇਹ ਠੀਕ ਆ ਕਿ ਸਰਕਾਰ ਨੇ ਹਰੇਕ ਘਰ ਦੀ ਰੱਖਿਆ ਨਹੀਂ ਕਰਨੀ ਹੁੰਦੀ ਲੇਕਿਨ ਓਵਰਆਲ ਮਾਹੌਲ ਉਹ ਜ਼ਰੂਰ ਬਣਾ ਕੇ ਰੱਖਿਆ ਜਾਣਾ ਚਾਹੀਦਾ ਹਮ ਹਮ ਕਿ ਜਿਹਦੇ ਵਿੱਚ ਲੋਕ ਡਰਨ ਜੀ ਜੀ ਹਨਾ ਜੀ ਇਸ ਗੱਲ ਤੋਂ ਵੀ ਨਹੀਂ ਇਹ ਘਟਨਾ ਜਿਹੜੀ ਛੋਟੀ ਘਟਨਾ ਨਹੀਂ ਇਹਦੇ ਨਾਲ ਜਿਹੜੇ ਸਾਡੇ ਨੌਨ ਰੈਜ਼ੀਡੈਂਟ ਇੰਡੀਅਨਸ ਨੇ ਜਾਂ ਬਾਹਰ ਵਸਦੇ ਪੰਜਾਬੀ ਆ ਉਹਨਾਂ ਦੇ ਮਨਾਂ ਤੇ ਇਹਦਾ ਬਹੁਤ ਵੱਡਾ ਪ੍ਰਭਾਵ ਪਿਆ ਜੀ ਔਰ ਇਹ ਗੱਲ ਕਾਫੀ ਦੂਰ ਤੱਕ ਜਾਂਦੀ ਆ ਖਾਸ ਕਰਕੇ ਜਿਹੜੇ ਇੱਥੋਂ ਦੇ ਜੰਪਲ ਬੱਚੇ ਆ ਜੀ ਜੇ ਉਹਨਾਂ ਨੂੰ ਇਹਨਾਂ ਘਟਨਾਵਾਂ ਬਾਰੇ ਪਤਾ ਲੱਗਦਾ ਫਿਰ ਉਹਨਾਂ ਨੂੰ ਲੱਗਦਾ ਕਿ ਨਹੀਂ ਯਾਰ ਵੀ ਇਹ ਸੇਫ ਨਹੀਂ ਹੈ ਹਾਂ ਬਿਲਕੁਲ ਹੈ ਹਾਂਜੀ ਬਿਲਕੁਲ ਸੋ ਮੈਨੂੰ ਲੱਗਦਾ ਵੀ ਸਰਕਾਰ ਇਹਦੇ ਤੇ ਥੋੜਾ ਜਿਹਾ ਹੋਰ ਗੌਰ ਕਰੂਗੀ ਹੂੰ ਹੂੰ ਤੇ ਥੋੜਾ ਜਿਹਾ ਬਜਟ ਜਿਹੜਾ ਇਸ ਪਾਸੇ ਨੂੰ ਵੀ ਆਪਣਾ ਰਿਜ਼ਰਵ ਰੱਖੇ ਬਿਲਕੁਲ ਤੇ ਹਾਲੇ ਤੱਕ ਜਿਹੜੇ ਪੁਲਿਸ ਅਧਿਕਾਰੀਆਂ ਦੇ ਤਵਾਦ ਬਾਦਲੇ ਆ ਬਹੁਤ ਵੱਡੀ ਗਿਣਤੀ ਚ ਹੁੰਦੇ ਆ ਇੱਥੋਂ ਹੀ ਪਤਾ ਲੱਗਦਾ ਕਿ ਸ਼ਾਇਦ ਹੂੰ ਹੂੰ ਸਰਕਾਰ ਦੀ ਤੇ ਪੁਲਿਸ ਮਹਿਕਮੇ ਦੀ ਆਪਸ ਦੇ ਵਿੱਚ ਉਨੀ ਤਾਲਮੇਲ ਜਾਂ ਕੋਆਰਡੀਨੇਸ਼ਨ ਨਹੀਂ ਹੈ ਹੂੰ ਜਿਸ ਕਰਕੇ ਕਹਾਣੀ ਕੰਟਰੋਲ 'ਚ ਨਹੀਂ ਆ ਰਹੀ ਓਕੇ ਹਮਨਕਰੋਂ ਦੀ ਤੁਸੀਂ ਓਵਰਆਲ ਸਿਟੀ ਦੇਖੋ ਆ ਤੋ ਤੁਹਾਨੂੰ ਸਹਿਜ ਜਿੰਦਾਸਾ ਲੱਗ ਜਾਂਦਾ ਵੀ ਇਹ ਕੋਈ ਬਹੁਤ ਬਹੁਤ ਵਧੀਆ ਨਹੀਂ ਹੈ ਇਹ ਸਾਰਾ ਕੁਝ ਇਹਦੇ ਵਿੱਚ ਕਿਤਨਾ ਕਿਤੇ ਗੜਬੜਾ ਬਿਲਕੁਲ ਜੀ ਔਰ ਮੌਸਮ ਅੱਜ ਦਾ ਪ੍ਰਮੇਂਦਰ ਪਾਜੀ ਬਹੁਤ ਖਰਾਬ ਹੈ ਤਾਂ ਸੀ ਫੇਰੇ ਕੋਈ ਆਪਣੇ ਜਿਹੜੇ ਇਸ ਵਕਤ ਲਿਸਨਰਸ ਦੇਖ ਰਹੇ ਆ ਸੁਣ ਰਹੇ ਆ ਤੇ ਆਤਵਰਤਨ ਦੀ ਲੋੜ ਆ ਜੀ ਸੋ ਥੋੜਾ ਕੇਅਰਫੁਲੀ ਆ ਗੱਡੀ ਦਾ ਡਿਸਟੈਂਸ ਨਹੀਂ ਕੋਈ ਬਣਾ ਕੇ ਅਗਰ ਤੁਸੀਂ ਗੱਡੀ ਦਾ ਡਿਸਟੈਂਸ ਪਿਛਲੇ ਵਾਲਾ ਤੁਹਾਡੇ ਮੋੜਿਆਂ ਤੇ ਚੜ ਕੇ ਗੱਡੀ ਚਲਾ ਰਿਹਾ ਹੁੰਦਾ ਐ ਇੰਨਾ ਕਿ ਸਾਰਾ ਮਤਲਬ ਤੁਸੀਂ ਨਾ ਕਰੀਬ ਤੋਂ ਗੱਡੀ ਚਲਾਉਂਦੇ ਹੋ ਤੁਹਾਨੂੰ ਐਸੀ ਕਰਕੇ ਫਿਰ ਮੈਨੂੰ ਇਹ ਵੀ ਲੱਗਦਾ ਜੀ ਕਈ ਵਾਰੀ ਜਿਹੜੇ ਵੱਡੀਆਂ ਗੱਡੀਆਂ ਵਾਲੇ ਨਾ ਛੋਟੀਆਂ ਗੱਡੀਆਂ ਵਾਲਿਆਂ ਨੂੰ ਬੁਲੀ ਵੀ ਕਰਦੇ ਆ ਹਾਂਜੀ ਬਿਲਕੁਲ ਜਿਹੜਾ ਛੋਟੀ ਗੱਡੀ ਦੇ ਵਿੱਚ ਟਰੈਵਲ ਕਰ ਰਿਹਾ ਬਿਲਕੁਲ ਤੇ ਵੱਡੀ ਗੱਡੀ ਵਾਲਾ ਉਹਦੇ ਇੰਨਾ ক্লোਜ਼ ਇੰਨਾ ক্লোਜ਼ ਉਹਨੂੰ ਚੇਜ਼ ਕਰਦਾ ਕਿ ਚੇਜ਼ ਕਰਦਾ ਕਿ ਉਹ ਡਰ ਕੇ ਗੱਡੀ ਫਾਸਟ ਕਰੇ ਮੈਂ ਸਪੀਡ ਅਪ ਕਰੇ। ਸੋ ਇੰਕਲੀ ਤੁਸੀਂ ਇਹ ਇਮੇਜਿਨ ਕਰੋ ਕਿ ਜੇ ਉਹ ਗੱਡੀ ਚਲਾ ਰਹੇ ਬੰਦੇ ਜਾਂ ਬੰਦੀ ਨੇ ਗੱਡੀ ਗਾਂ ਕਿਤੇ ਹਿੱਟ ਕਰਦੀ ਹਾਂਜੀ ਤਾਂ ਸੇਫ ਤੁਸੀਂ ਵੀ ਨਹੀਂ ਹੈਗੇ ਉਹਦੇ ਵਿੱਚ। ਹਾਂ ਸੇਫ ਹਾਂਜੀ ਹਾਂ ਤੇ ਮੈਨੂੰ ਲੱਗਦਾ ਵੀ ਥੋੜਾ ਜਿਹਾ ਤਹਮਲ ਥੋੜਾ ਜਿਹਾ ਸਬਰ ਸੰਤੋਖ ਆਪਾਂ ਨੂੰ ਰੱਖਣਾ ਚਾਹੀਦਾ। ਹਮ ਤੇ ਕੋਸ਼ਿਸ਼ ਕਰੋ ਕਿ ਸਰੰਦਰ ਗਾਚਾ ਜੀ ਨੂੰ 5 ਮਿੰਟ ਪਹਿਲਾਂ ਕਰੋ ਨਿਕਲੋ। ਬਿਲਕੁਲ ਹਾਂਜੀ 5 ਮਿੰਟ ਪਹਿਲਾਂ ਜਦੋਂ ਪਤਾ ਹੀ ਆਪਾਂ ਨੂੰ ਕਿ ਬਾਰਿਸ਼ ਹੋ ਸਕਦੀ ਆ ਕੋਈ ਬ੍ਰੇਕਡਾਊਨ ਤਾਂ ట్రాফিক ਜ਼ਿਆਦਾ ਹੋ ਜਾਦਾ ਕਿਸੇ ਵੀ ਕਾਰਨ ਤਾਂ 5 ਮਿੰਟ ਪਹਿਲਾਂ ਘਰੋਂ ਨਿਕਲੋ ਕੋਈ ਗੱਲ ਨਹੀਂ ਕੀ ਫਰਕ ਪੈਂਦਾ ਆ ਕੇ ਅੰਤਸੱਲੀ ਨਾਲ ਆਪਣਾ ਸੈਟਵਟ ਹੋਊ ਟਾਈਮ ਸਰ ਆਪਣਾ ਜੋ ਵੀ ਜਿਹੜੀ ਵੀ ਜੌਬ 'ਚ ਤੁਸੀਂ ਹੈਗੇ ਹੋ ਜੀ ਤੁਸੀਂ ਉਨਾਂ ਹੀ ਕੰਫਰਟੇਬਲ ਫੀਲ ਕਰੋਗੇ ਨਹੀਂ ਤਾਂ ਉਨੀ ਹਫੜਾ ਦਫੜੀ ਤੁਸੀਂ ਪਹੁੰਚਦੇ ਆ ਫਿਰ ਉਹ ਬੰਦੇ ਨੂੰ ਮਹਿਸੂਸ ਹੁੰਦਾ ਵੀ ਨਹੀਂ ਯਾਰ ਮੈਂ ਅੱਜ ਮਿਸ ਕਰ ਗਿਆ ਕਾਲੀ ਕਾਲੀ ਕਰੋਗੇ ਤਾਂ ਕਾਲੀ ਅਗਟ ਹੋਈ ਹੈ ਜਿੱਦਾਂ ਤੁਸੀਂ ਕਾਲੀ ਕਾਲੀ ਦੇ ਵਿੱਚ ਆਪਣਾ ਮੋਬਾਈਲ ਫੋਨ ਘਰ ਭੁੱਲ ਆਉਨੇ ਆ ਉਦਾਹਰਨ ਦੇ ਤੌਰ ਤੇ ਅੱਛਾ ਅੱਛਾ ਐਗਜ਼ਾਮਪਲ ਦਿੱਤਾ ਠੀਕ ਹੈ ਐਗਜ਼ਾਮਪਲ ਤੁਸੀਂ ਬੜੀ ਵਧੀਆ ਸੈਟ ਕਰ ਦਿੱਤਾ ਮੈਨੂੰ ਰ ਤੰਦੇ ਹੁ ਧਾਰਨ ਅੱਗੇ ਤੋਂ ਪਰਮਿੰਦਰ ਭਾਜੀ ਉਦਾਹਰਨ ਦੇ ਦਿਆ ਕਰੋਗੇ ਨਾ ਤੇ ਤੁਸੀਂ ਧਿਆਨ ਨਾਲ ਸੁਣਨੀ ਹੈ ਕਾਬਿਲ ਤਾਰੀਫ ਹੁੰਦੀ ਹੈ ਅ ਨਹੀਂ ਮੇਰਾ ਮਤਲਬ ਹੈ ਵੀ ਜੰਨਾ ਤੁਸੀਂ ਜ਼ਿੰਦਗੀ ਨੂੰ ਸਹਿਜ ਰੱਖੋਗੇ ਜੰਨਾ ਸਬਰਤ ਰੱਖੋਗੇ ਜੰਨਾ ਡਿਸਪਲਿਨ ਚ ਰੱਖੋਗੇ ਉਹਨਾਂ ਸੌਖੇ ਰਹਿੰਨੇ ਤੁਸੀਂ ਬਿਲਕੁਲ ਹਾਂ ਜੀ ਜਦ ਪਤਾ ਹੀ ਆ ਵੀ 8:00 ਵਜੇ ਇੰਨੀ ਤਰੀਕ ਨੂੰ 8:00 ਵਜੇ ਮੈਂ ਹੋਣਾ ਉੱਥੇ ਹੋਣਾ ਤਾਂ 5 ਮਿੰਟ ਪਹਿਲਾਂ ਪਹੁੰਚ ਮੈਂ ਖਾਸ ਤੌਰ ਤੇ ਜ਼ਿਕਰ ਕਰਨਾ ਚਾਹਾਂਗਾ ਭਾਜੀ ਅਵਤਾਰ ਸਿੰਘ ਤਰਕਸ਼ੀਲ ਪੁਕੀ ਕੋਈ ਵਾਲੇ ਤੇ ਤੀਰਸੰਗਟਵਾਲ ਇੰਟਰਸਪਾਈਸ ਵਰਲਡ ਤੋਂ ਜਦੋਂ ਵੀ ਤੁਸੀਂ ਉਹਨਾਂ ਨੂੰ ਕਿਤੇ ਵੀ ਕਿਸੇ ਵੀ ਟਾਈਮ ਤੇ ਸੱਦੋਗੇ ਹਮ ਜੇ ਮੀਟਿੰਗ ਆ ਕਿਤੇ ਵੀ ਉਸ ਸਮੇਂ ਤੋਂ ਪਹਿਲਾਂ ਉੱਥੇ ਪਹੁੰਚੇ ਹੁੰਦੇ ਜੀ ਅੱਛਾ ਹਾਂ ਇਹ ਬੜੀ ਵੱਡੀ ਗੱਲ ਆ ਕੀ ਬਾਤ ਤਾਂ ਮੈਨੂੰ ਲੱਗਦਾ ਵੀ ਕੱਲ ਵੀ ਪਹੁੰਚੇ ਹੋਏ ਸੀ ਇਥੇ ਸਾਰੇ ਬਿਲਕੁਲ ਬਿਲਕੁਲ ਮੈਨੂੰ ਲੱਗਦਾ ਵੀ ਇਹ ਜ਼ਰੂਰੀ ਹੁੰਦਾ ਜੀ ਤਾਂ ਕਿ ਅਗਲੇ ਦੇ ਸਮੇਂ ਦੀ ਕਦਰ ਕਰਨੀ ਹਮ ਅਗਲੇ ਨੂੰ ਵੈਲਿਊ ਕਰਨਾ ਕਿ ਨਹੀਂ ਸਾਨੂੰ ਤੁਹਾਡੇ ਸਮੇਂ ਦੀ ਕਦਰ ਆ ਕਦਰ ਤੇ ਵੈਸੇ ਵੀ ਜਿਹੜੇ ਜਿਹੜੇ ਵੀ ਪ੍ਰੋਫਾਈਲ ਦੇ ਵਿੱਚ ਕੋਈ ਬੰਦਾ ਜਿਵੇਂ ਜਿਵੇਂ ਤਰੱਕੀ ਕਰਦਾ ਜਾਂਦਾ ਤਵੇਂ ਤਵੇਂ ਉਹਨੂੰ ਹੋਰ ਜ਼ਿੰਮੇਵਾਰ ਹੋਣਾ ਚਾਹੀਦਾ ਜੀ ਤੇ ਮੈਨੂੰ ਤਾਂ ਉਹ ਮੇਰੇ ਖਾਲ ਹੁਣ ਪ੍ਰੋਗਰਾਮ ਕਰਦਿਆਂ ਨੂੰ ਹੋਈਗਾ 21 ਸਾਲ ਹਾਂ ਅਬ 64 ਸਾਲ ਦਾ ਹੋ ਰਿਹਾ 15ਵਾਂ ਬਰਥਡੇ ਤਾਂ ਅਜੇ ਹੁਣ ਮਨਾਇਆ ਰੇਡੀਅਸਪਾਈ ਤੇ 21 ਸਾਲ ਮੈਨੂੰ ਕਿੱਥੇ ਹੋਈ ਪਹਿਲਾਂ ਤੁਸੀਂ ਘਰ ਹੀ ਬਰੋਨ ਕਰਦੇ ਹੁੰਦੇ ਸੀ ਨਾ ਆਪਣੇ ਪਤੀ ਦੇਵ ਦੇ ਲਈ ਤੁਸੀਂ ਭਾਂਡੇ ਨਹੀਂ ਟਾਈਮ ਸਰਮਾਜੇ ਤੁਸੀਂ ਭਾਂਡੇ ਚੰਗੀ ਤਰ੍ਹਾਂ ਸਾਫ਼ ਨਹੀਂ ਕੀਤੇ ਤੁਸੀਂ ਸੁਕਾ ਕੇ ਨਹੀਂ ਰੱਖੇ ਅੱਜ 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 ਗੁਰਜੀਤ ਸਿੰਘ ਦੇ ਉਤੇ ਜਿਹੜੇ ਨਾ ਇੱਕ ਬੱਦਲ ਛਾਏ ਹੋਏ ਆ ਕਾਲੇ ਕਾਲੇ ਉਹ ਕੇ ਸਬੰਧ ਚ ਉਹ ਤੇ ਉਹ ਲੜਾਈ ਦੇ ਬੱਦਲ ਛਾਏ ਆ ਸੋ ਇਹਨਾਂ ਹੀ ਖਬਰਾਂ ਜਿਹੜੀਆਂ ਦਿਆ ਕਰਦੇ ਸੀ ਨਾ ਕਾਂਗਰ ਕੇ ਬਿਲਕੁਲ 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 ਠੀਕ ਹੈ ਨਾ ਹਾਂ ਹਾਂ ਤੋਂ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਜਿਹੜੇ ਦੇਖਣ ਵਾਲੇ ਸੁਣਨ ਵਾਲੇ ਆ ਸੋ ਉਹਨਾਂ ਨੂੰ ਇੱਕ ਵਾਰੀ ਫੇਰ ਗੁਜ਼ਾਰਿਸ਼ ਕਰਦੇ ਮੌਸਮ ਖਰਾਬ ਹੈ ਰੋਡਸ ਕਾਫੀ ਸਲਿਪਰੀ ਹੈਗੀਆਂ ਤੇ ਗੱਡੀ ਤੋਂ ਗੱਡੀ ਦਾ ਡਿਸਟੈਂਸ ਜਿਹੜਾ ਹੈ ਕੀਪ ਡਿਸਟੈਂਸ ਆ ਤੁਸੀਂ ਡਿਸਟੈਂਸ ਬਣਾ ਕੇ ਚੱਲੋਗੇ ਤੇ ਘਰੇ ਵੀ ਸੇਫ ਪਹੁੰਚੋਗੇ ਇਹ ਸੋਚ ਕੇ ਤੁਸੀਂ ਥੋੜਾ ਜਿਹਾ ਹੰਬਲ ਰਹੋ ਕਿਉਂਕਿ ਘਰੇ ਸਾਡਾ ਕੋਈ ਇੰਤਜ਼ਾਰ ਕਰ ਰਿਹਾ ਸਾਡੀ ਵੇਟ ਕਰ ਰਿਹਾ ਬਿਲਕੁਲ ਜੀ ਬਾਕੀ ਸਾਡੇ ਜਿੱਥੇ-ਜਿੱਥੇ ਵੀ ਹਮਾਇਤੀ ਬੈਠੇ ਆ ਜੀ ਇਸ ਟਾਈਮਸ ਤੋਂ ਮੈਂ ਖਾਸ ਤੌਰ ਤੇ ਜ਼ਿਕਰ ਕਰਨਾ ਚਾਹਾਂਗਾ ਭਰੀ ਬਲਵਿੰਦਰ ਸੰਧੂ ਹੁਣਾਂ ਨੂੰ ਜਰਨੈਲ ਸਿੰਘ ਹਜ਼ਾਰਾ ਜੀ ਚੰਨੀ ਥੇ ਆ ਜੀ ਸੰਧੂ ਜੀ ਸੰਧੂ ਹਣੀ ਸਾਡੇ ਟੀਮ ਮੈਂਬਰ ਤੇ ਨਾਲ-ਨਾਲ ਮੈਂ ਜ਼ਿਕਰ ਕਰਨਾ ਚਾਹਾਂਗਾ ਐਮਪੀ ਫੂਡਸ ਤੋਂ ਤੇ ਉਹ ਪੁੱਤ ਦੀ ਜੋੜੀ ਆ ਬੜੀ ਮਿਹਨਤ ਕਰਦੇ ਜੀ ਐਮਪੀ ਨਾਗਰਾ ਤੇ ਪਿੰਦਰ ਨਾਗਰਾ ਪਿੰਦਰ ਨਾਗਰਾ ਅੱਛਾ ਓਕੇ ਜਿਹੜੇ ਈਵੈਂਟ 'ਚ ਤੁਹਾਡੇ ਨੇ ਆਣ ਜਾ ਕੇ ਭੰਗੜਾ ਪਾਉਂਦੇ ਸੀ ਨਾ ਉਹ ਈਵੈਂਟ ਪ ਜੀ ਅੱਛਾ ਓਕੇ ਵਧੀਆ ਹੈ ਜੀ ਮੈਨੂੰ ਆਪਣੀ ਕਮਿਊਨਿਟੀ ਦੇ ਵਿੱਚ ਵਧੀਆ ਆਪਾਂ ਦੇਣਾ ਚਾਹੁੰਦੇ ਆ ਇੱਕ ਹੋਰ ਅਪਡੇਟ ਹੈਗੀ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਮੰਕੀ ਪੌਕਸ ਹੈ ਨਾ ਇਹਦੇ 50 ਤੋਂ ਵੀ ਜ਼ਿਆਦਾ ਕੇਸ ਬ੍ਰੇਕਿੰਗ ਨਿਊਜ਼ ਹੈ ਜਿਹੜੀ ਅੱਜ ਹਾਂ ਜੀ ਰੋਲਾ ਪੈ ਰਿਹਾ ਹੈ ਕਾਫੀ ਦਿਨਾਂ ਤੋਂ ਸੋ ਚਲੋ ਇੰਨੇ ਮੋੜ ਆ ਕੇ ਚਲੋ ਇਹ ਚੀਜ਼ ਲੰਬੀ ਗਈ ਹਮ ਹਮ ਹੁਣ ਇਹਦਾ ਇਲਾਜ ਵੀ ਜਿਹੜਾ ਫਿਰ ਸੌਖਾ ਹੋਣਾ ਚਾਹੀਦਾ احتیاط ਵਰਤੋ ਤੁਸੀਂ ਜਿਹੜੇ ਜਿਹੇ ਵੀ ਤੁਹਾਨੂੰ ਲੱਛਣ ਦਿਖਾਈ ਦਿੰਦੇ ਆ ਬਿਲਕੁਕੁਲ ਸਹੀ ਜ਼ਰੂਰ ਤੁਸੀਂ ਆਪਣਾ ਥੋੜਾ ਜਿਹਾ ਚਾਨ ਦੇ ਨਾਲ ਰਹੋ ਜੀ ਵੈਸੇ ਇੱਕ ਗੱਲ ਹੈ ਕਿ ਜਿਹੜੀ ਮਾਸਕ ਪਾਉਂਦੀ ਜਿਹੜੀ ਆਪਣੇ ਆਦਤ ਜਿਹੜੀ ਬਹੁਤ ਘੱਟ ਲੋਕਾਂ ਨੂੰ ਹੈਗੀ ਆ ਤੇ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਇੱਥੇ ਕੁਝ ਲੋਕ ਬਿਮਾਰ ਹੈਗੇ ਆ ਆਪਣਾ ਫਸਟਰ ਦੇ ਹਸਪੀਟਲ ਜੋ ਜਾਣੇ ਹਸਪੀਟਲ ہاں ਕੁਝ ਜਗ੍ਹਾ ਹੈਗੀਆਂ ਆਪਣੇ ਪ੍ਰੈਕਟਿਸਰਾਂ ਜਦੋਂ ਵੀ ਜਾਂਦਾ ਮੈਂ ਆਪਣੀ ਗੱਡੀ 'ਚ ਐਕਸਟਰਾ ਦੋ ਮਾਸਕ ਰੱਖੇ ਹੁੰਦੇ ਮਾਸਕ ਰੱਖੇ ਹੁੰਦੇ ਹਾਂਜੀ ਤੋ ਤੁਹਾਡੀ ਸੇਫਟੀ ਤਾਂ ਹੈ ਹੀ ਹੈ ਦੂਸਰੇ ਬੰਦਿਆਂ ਦੀ ਸੇਫਟੀ ਜਿਨ੍ਹਾਂ ਦੀ ਇਮਿਊਨਿਟੀ ਬਹੁਤੀ ਸਟਰੋਂਗ ਨਹੀਂ ਹੈ ਹਾਂਜੀ ਉਹਨਾਂ ਦੀ ਖਾਤਰ ਤੁਸੀਂ ਕਿਰਪਾ ਕਰਕੇ ਮਾਸਕ ਦੀ ਵਰਤੋਂ ਜ਼ਰੂਰ ਕਰੋ ਇਹ ਨਹੀਂ ਹੈ ਕਿ ਕੋਵਿਡ ਦਾ ਸਮਾਂ ਗੁਜ਼ਰ ਗਿਆ ਰੱਬ ਨਾ ਕਰੇ ਉਹ ਟਾਈਮ ਦੁਬਾਰਾ ਆਵੇ ਲੇਕਿਨ احتیاطਨ ਆਪਾਂ ਨੂੰ ਵਰਤ ਲੈਣਾ ਚਾਹੀਦਾ ਜੀ ਇਹ ਜੀ ਸਾਡੇ ਜਿਹੜੇ ਏਸ਼ੀਅਨ ਭਾਈਚਾਰੇ ਦੇ ਲੋਕ ਨੇ ਚਾਈਨੀਜ਼ ਮੂਲ ਦੇ ਉમે ਦੇਖਿਆ ਅਕਸਰ ਮਾਸਕ ਪਾ ਕੇ ਰੱਖਦੇ ਆ ਬਿਲਕੁਲ ਹਾਂ ਜੀ ਮੈਨੂੰ ਲੱਗਦਾ ਇਹ ਗੁੱਡ ਪ੍ਰੈਕਟਿਸ ਆ ਵੈਸੇ ਹਾਂ ਜੀ ਪਬਲਿਕ ਲਈ ਚਾਹੀਦੀ ਹੈ ਵੈਸੇ ਹਾਂ ਜੀ ਇਦਾਂ ਨਹੀਂ ਕੁਝ ਜਗ੍ਹਾ ਨਾਲੇ ਇਹ ਆ ਵੀ ਜਦੋਂ ਮੈਂ ਤੁਹਾਡੇ ਪੈਸੇ ਦੇਣੇ ਆ ਮੈਂ ਮਾਸਕ ਪਾ ਕੇ ਮੂਹਰ ਦੀ ਲੰਗ ਨਹੀਂ ਤੁਹਾਨੂੰ ਕਿਹੜਾ ਪਤਾ ਲੱਗਣਾ ਟੋਪੀ ਪਾ ਲਓ ਮਾਸਕ ਪਾ ਲਓ ਪਰ ਅੱਖਾਂ ਤੋਂ ਤਾਂ ਵੈਸੇ ਨਹੀਂ ਕੋਈ ਪਛਾਣਣਾ ਪਤਾ ਨਹੀਂ ਲੱਗਣਾ ਪਰ ਮਦਰ ਭਾਈ ਲੰਗ ਹੈ ਤੇ 10000 ਡਾਲਰ ਦੇਣਾ ਸੀ ਕਰਤਾ ਜੀ

ਔਰ ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਦੇ ਵਿੱਚ ਥੋੜਾ ਸਾਥ ਹਮੇਸ਼ਾ ਜਿਹ ਤਰ੍ਹਾਂ ਅੱਜ ਵੀ ਬਣਿਆ ਰਹੇਗਾ ਔਰ